It's not a game, it's a rich game. ਹਾਂਜੀ ਕਿੱਦਾਂ ਜੀ, ਕੀ ਹਾਲ ਆ ਤੁਹਾਡੇ ਸਾਰਿਆਂ ਦਾ? ਸਭ ਨਾਲੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਣੇ ਨਾਲ ਬੈਠੇ ਹੈਗੇ ਆ ਸਤਿੰਦਰ ਸਿੰਘ ਜੀ, ਅਤੇ ਇਹ ਆਏ ਨੇ ਇੰਡੀਆ ਤੋਂ, ਕੈਨੇਡਾ ਨਵੇਂ, ਤਕਰੀਬਨ 2 ਮਹੀਨੇ ਹੋ ਗਏ। ਹਾਂਜੀ, ਅਪਰੋਕਸੀਮੇਟਲੀ 2 ਮਹੀਨੇ ਹੋ ਗਏ। ਅੱਜ ਮੇਰਾ ਇਹ ਵੀਡੀਓ ਬਣਾਉਣ ਦਾ ਰੀਜ਼ਨ ਇਹ ਸੀਗਾ ਕਿ ਜਿਵੇਂ ਹੁਣ ਆਪਣਾ ਇੰਡੀਆ ਦੇ ਵਿੱਚ ਕਿੰਨੇ ਬੰਦੇ ਇੱਦਾਂ ਦੇ ਹੈਗੇ ਆ ਚਾਹਵਾਨ ਜਿਹੜੇ ਕੈਨੇਡਾ ਆਉਣਾ ਚਾਹੁੰਦੇ ਆ, ਪਰ ਕੋਈ ਵਧੀਆ ਏਜੰਟ ਨਹੀਂ ਮਿਲਦਾ ਜਾਂ ਕੋਈ ਵਧੀਆ ਗਾਈਡ ਨਹੀਂ ਕਰਦਾ ਹੈਗਾ, ਅਤੇ ਜਾਂ ਉਹਨਾਂ ਨੂੰ ਪਤਾ ਨਹੀਂ ਆਪਾਂ ਫਾਈਲ ਕਿਹਦੇ ਵਿੱਚ ਜਾਂ ਕਿੱਦਾਂ ਲਗਾਈਏ। ਅਤੇ ਭਾਅ ਜੀ ਦਾ ਆਪਾਂ ਐਕਸਪੀਰੀਅੰਸ ਸ਼ੇਅਰ ਕਰਾਂਗੇ ਤੁਹਾਡੇ ਨਾਲ। ਇਹ ਕੈਨੇਡਾ ਆ ਚੁੱਕੇ ਨੇ ਅੱਜ ਦੀ ਤਰੀਕ ਦੇ ਵਿੱਚ, ਅਤੇ ਸਭ ਤੋਂ ਘੱਟ ਪੈਸਿਆਂ ਦੇ ਨਾਲ, ਅਤੇ ਜਦੋਂ ਮੈਂ ਸੁਣ ਕੇ ਹੈਰਾਨ ਹੋਇਆ, ਮੈਂ ਭਾਈ ਨਾਲ ਮਤਲਬ ਗੱਲ ਕੀਤੀ, ਅਤੇ ਮੈਂ ਵੀ ਆਪ ਸੁਣ ਕੇ ਹੈਰਾਨ ਹੋਇਆ ਵੀ ਮੈਂ ਕਿਹਾ ਵੀ ਇੰਨੇ ਘੱਟ ਪੈਸਿਆਂ ਦੇ ਵਿੱਚ ਕਿੱਦਾਂ ਵੀਜ਼ਾ ਲੱਗ ਜਾਂਦਾ ਹੈ ਨਾ। ਆਪਾਂ ਸਟੱਡੀ ਦੇ ਬੇਸ ਦੇ ਉੱਤੇ ਜੇ ਆਪਾਂ ਜਾਂਦੇ ਹਾਂ ਤਕਰੀਬਨ $30,000 ਆਪਣਾ ਲੱਗ ਜਾਂਦਾ, ਜੇ $15,000 or $20,000 ਯੂਨੀਵਰਸਿਟੀ ਦੀ ਫੀਸ ਹੁੰਦੀ ਆ, $10,000 GIC ਹੁੰਦਾ ਆ, ਅਤੇ ਮੱਲੋ ਮੱਲੀ ਫਿਰ ਉਸ ਤੋਂ ਬਾਅਦ ਇੱਥੇ ਆ ਕੇ ਪੜ੍ਹਾਈ ਕਰਨੀ, 2 ਸਾਲਾਂ ਬਾਅਦ ਫਿਰ ਪੈਸੇ ਦੇਣੇ, ਫਿਰ PR ਦਾ ਖਰਚਾ, ਰਹਿਣ ਸਹਿਣ ਦਾ ਖਰਚਾ, ਉਹ ਸਾਰਾ ਅਲੱਗ। ਅਤੇ ਜੇ ਬੰਦਾ ਡਾਇਰੈਕਟ PR ਵੀ ਜਾਂਦਾ ਆ, ਉਹਦਾ ਵੀ ਤਕਰੀਬਨ 5-6 ਲੱਖ ਲੱਗ ਜਾਂਦਾ ਜਾਂ ਕਿੱਦਾਂ? ਜਿਹੜਾ ਨੋਰਮਲ ਬੰਦੇ ਦਾ PR ਆਉਂਦਾ ਕੋਈ ਵੀ, ਉਹਨੂੰ ਕੋਈ ਨਾ ਕੋਈ ਅਰੇਂਜਮੈਂਟਸ ਕਰਨੀਆਂ ਪੈਂਦੀਆਂ ਨੇ ਮੋਸਟਲੀ, ਤਾਂ ਖਰਚਾ ਆ ਜਾਂਦਾ। ਕਿੰਨੇ ਪੈਸੇ ਲੈ ਲੈਂਦੇ ਬੰਦੇ ਏਜੰਟ ਜੇ ਡਾਇਰੈਕਟ PR ਆਉਣਾ ਹੋਵੇ? ਦੇਖੋ, ਇੰਡੀਆ ਦੇ ਵਿੱਚ ਹਰ ਏਜੰਟ ਦਾ ਆਪਣਾ ਪ੍ਰਾਈਸ ਹੈਗਾ, ਰਾਈਟ? ਮਤਲਬ ਫਿਰ ਵੀ ਅਪਰੋਕਸੀਮੇਟਲੀ 5-7 ਲੱਖ ਲੱਗ ਹੀ ਜਾਂਦਾ। ਹਾਂਜੀ, 2-2 ਲੱਖ, 2-2.5 ਲੱਖ ਜਿਹੜੇ ਏਜੰਟ ਆਪ ਹੀ ਲੈ ਲੈਂਦੇ ਨੇ ਹੈਗੇ, ਲੈ ਲੈਂਦੇ ਆ ਬਾਅਦ ਦੇ ਵਿੱਚ। ਬਾਕੀ ਜਿਹੜੀ ਇਹ ਪੇਪਰ ਵਰਕ, ਸਰਕਾਰੀ ਫੀਸ ਜਾਂ ਕੋਈ ਆਪਾਂ ਚੀਜ਼ ਅਪਲਾਈ ਕਰਨੀ ਆ, ਉਹਨਾਂ ਦੀ ਫੀਸ। ਅਤੇ ਭਾਅ ਜੀ, ਉਹਨਾਂ ਦੀ ਜਿਹੜੀ ਅਮਾਊਂਟ ਹੈਗੀ ਆ ਕੈਨੇਡੀਅਨ ਡਾਲਰ ਦੇ ਵਿੱਚ ਦੇਖੀਏ ਤਾਂ $2,910 ਦੇ ਵਿੱਚ ਭਾਅ ਜੀ ਕੈਨੇਡਾ ਆ ਚੁੱਕੇ ਨੇ। ਜੇ ਇੰਡੀਆ ਦੀ ਅਮਾਊਂਟ ਆਪਾਂ ਕੈਲਕੂਲੇਟ ਕਰੀਏ ਤਾਂ ਨੋਮੀਨੇਸ਼ਨ ਪ੍ਰੋਗਰਾਮ ਸੀਗੇ ਤੇ ਕਿੰਨੇ ਦੇ ਡਰਾ ਆਏ, ਤੇ ਜੇ ਤੁਸੀਂ ਫਾਈਲ ਲਾਣੀ ਹੈਗੀ ਤਾਂ ਕੀ ਕੀਤਾ ਜਾਵੇ, ਤੇ ਹੋਰ ਵੀ ਅੱਗੇ ਬਹੁਤ ਕੁਛ। ਵੀਡੀਓ ਦੇ ਵਿੱਚ ਬਣੇ ਰਹੋ, ਬਥੇਰੀ ਇਨਫੋਰਮੇਸ਼ਨ ਹੈਗੀ ਹੈ, ਕੁਛ ਨਾ ਕੁਛ ਸਿੱਖਣ ਨੂੰ ਮਿਲੂਗਾ, ਬਾਕੀ ਐਕਸਪੀਰੀਅੰਸ ਪਤਾ ਲੱਗੂਗਾ। ਨੀਚੇ ਮੈਂ ਕਮੈਂਟ ਬਾਕਸ ਦੇ ਵਿੱਚ ਆਪਣਾ ਨੰਬਰ ਜਾਂ ਇੱਕ ਗਰੁੱਪ ਕ੍ਰੀਏਟ ਕਰੂੰਗਾ ਵਟਸਐਪ ਦੇ ਉੱਤੇ, ਜਿਹਨੇ ਕੁਐਸਚਨ ਹੋਇਆ ਜਿਹਨੂੰ ਜਾਂ ਜਿਹਨੇ ਐਡ ਹੋਣਾ ਹੋਜੋ, ਤੁਸੀਂ ਸਾਰੇ ਐਡ ਹੋ ਸਕਦੇ ਆ ਕੈਨੇਡਾ ਦੇ ਵਿੱਚ, ਜਿਹਨੇ ਆਉਣਾ ਆ ਜਾਂ ਕੈਨੇਡਾ ਦੇ ਵਿੱਚ ਕਿਸੇ ਨੇ ਫਾਈਲ ਲੈਣੀ ਆ ਕਿਸੇ ਵੀ ਚੀਜ਼ ਦੇ ਲਈ, ਉਹ ਆਪਾਂ ਇੱਧਰੋਂ ਆਪਾਂ ਪ੍ਰੋਸੀਡ ਕਰ ਸਕਦੇ ਹਾਂ, ਕਿਸੇ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ। ਠੀਕ ਹੈ ਜੀ, ਅਤੇ ਆਪਾਂ ਸ਼ੁਰੂ ਕਰਦੇ ਹੈਗੇ ਆ ਹੈਗੇ ਸਤਿੰਦਰ ਸਿੰਘ ਇਕੱਲਾ। ਅਤੇ ਕੀ ਉਮਰ ਹੈਗੀ ਤੁਹਾਡੀ, ਤੁਸੀਂ ਦੱਸੋ ਆਪਣੇ ਬਾਰੇ ਪਹਿਲਾਂ ਮਾੜਾ ਜਿਹਾ, ਦਰਸ਼ਕਾਂ ਨੂੰ ਦੱਸੋ ਕਿੱਥੋਂ ਆ ਤੁਸੀਂ, ਕੀ ਉਮਰ ਹੈਗੀ, ਕੀ ਆਪਾਂ ਇੰਡੀਆ ਤੋਂ ਸਟੱਡੀ ਕੀਤੀ ਹੋਈ ਹੈ, ਅਤੇ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ, ਫਿਰ ਆਪਾਂ ਅੱਗੇ ਪ੍ਰੋਫਾਈਲ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਜਸ ਭਾਅ ਜੀ ਦਾ ਬਹੁਤ ਬਹੁਤ ਥੈਂਕ ਯੂ ਆ ਕਿ ਉਹਨਾਂ ਨੇ ਮੈਨੂੰ ਆਪਣੇ ਆਫਿਸ 'ਚ ਬੁਲਾਇਆ ਸਪੈਸ਼ਲੀ। ਭਾਅ ਜੀ ਹੁਣੀ ਇੱਥੇ ਆਪਣੇ ਹੁਣ ਨਾਲ ਹੀ ਕੰਮ ਕਰਦੇ ਨੇ, ਅਤੇ ਬੇਸਿਕਲੀ ਜਦੋਂ ਭਾਅ ਜੀ ਇੱਥੇ ਆਏ ਸੀਗੇ ਉਦੋਂ ਮੈਂ ਇੱਥੇ ਮਤਲਬ ਨਾਲ ਹੀ ਘੁੰਮਦਾ ਪਿਆ ਸੀਗਾ, ਅਤੇ ਮੈਨੂੰ ਭਾਅ ਜੀ ਨੇ ਪਛਾਣ ਲਿਆ ਕਿਉਂਕਿ ਇਹ ਵੀ ਇੰਡੀਆ ਤੋਂ ਆਪਣੀਆਂ ਵੀਡੀਓ ਦੇਖਦੇ ਸੀਗੇ। ਅਤੇ ਫਿਰ ਉਸ ਤੋਂ ਬਾਅਦ ਮੈਂ ਕਿਹਾ ਨਹੀਂ, ਹੁਣ ਇੱਥੇ ਆ ਚੁੱਕਾ ਹਾਂ ਤਾਂ ਆਪਾਂ ਨੂੰ ਵੀ ਵੀਡੀਓ ਬਣਾਉਣ ਦੀ ਜ਼ਰੂਰਤ ਹੈਗੀ, ਕਿ ਬਾਕੀ ਜਿਹੜੇ ਇੰਡੀਆ ਬੈਠੇ ਆ ਕਿਸੇ ਨੇ ਗਾਈਡ ਨਹੀਂ ਕੀਤਾ ਜਾਂ ਕਿਸੇ ਨੂੰ ਕੁਐਸਚਨ ਹੈਗੇ ਤਾਂ ਆਪਾਂ ਇੱਥੋਂ ਉਹਨਾਂ ਦੀ ਹੈਲਪ ਕਰੀਏ। ਦੇਖੋ, ਜੇ ਕਿਸੇ ਨੇ ਵੀ ਕੈਨੇਡਾ ਆਉਣਾ ਹੈਗੀਆਂ ਤਾਂ ਬਹੁਤ ਆਪਸ਼ਨਸ ਹੈਗੀਆਂ ਨੇ, ਰਾਈਟ? ਜਸ ਭਾਅ ਜੀ ਨੂੰ ਮੇਰੇ ਖਿਆਲ ਨਾਲ ਆਲਮੋਸਟ ਸਾਰੀ ਚੀਜ਼ਾਂ ਦੀ ਨੌਲੇਜ ਹੈਗੀ ਹੈ, ਬਟ ਪ੍ਰੈਕਟੀਕਲੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਨਫੋਰਮ ਕਰ ਦਿੰਦਾ ਕਿ ਕਿੱਦਾਂ ਕਿੱਦਾਂ ਲੋਕ ਕੈਨੇਡਾ ਆਉਂਦੇ ਨੇ, ਰਾਈਟ? ਸਟੂਡੈਂਟ ਵੀਜ਼ੇ 'ਤੇ ਆਉਂਦੇ ਨੇ ਅਤੇ ਕਨਵਰਟ ਹੋ ਜਾਂਦਾ ਉਹਨਾਂ ਦਾ ਵੀਜ਼ਾ ਬਾਅਦ 'ਚੋਂ ਵਰਕ 'ਤੇ, ਅਤੇ ਫਿਰ PR ਪੈਂਦੀ ਹੈ ਨਾ, ਥੋੜ੍ਹਾ ਜਿਹਾ ਸਟਰਗਲਿੰਗ ਫੇਸ ਹੁੰਦਾ। ਇਹਨਾਂ ਨੇ ਵੀ ਬਹੁਤ ਸਟਰਗਲ ਕੀਤੀ ਆ, ਠੀਕ ਹੈ? ਜਿਹੜਾ ਬੰਦਾ PR ਡਾਇਰੈਕਟਲੀ ਆਉਂਦਾ ਉਹਦੇ ਲਈ ਸਟਰਗਲ ਬਹੁਤ ਥੋੜ੍ਹੀ ਹੁੰਦੀ ਆ, ਇਹ ਲਗਾ ਲਓ ਕਿ 2 ਮਹੀਨੇ ਦੀ ਮੈਕਸੀਮਮ, ਠੀਕ ਹੈ? ਜੇ ਤੁਸੀਂ ਕੈਨੇਡਾ ਡਾਇਰੈਕਟਲੀ PR ਆਉਣਾ ਚਾਹੁੰਦੇ ਹੋ, ਤੁਹਾਡੀ ਰਿਕੁਆਇਰਮੈਂਟਸ ਕੀ ਨੇ? ਤੁਹਾਡੀ ਜਿਹੜੀ ਮੇਨ ਰਿਕੁਆਇਰਮੈਂਟਸ ਜਿਹੜੀ ਹੈਗੀਆਂ ਨੇ, ਐਕਸਪ੍ਰੈਸ ਐਂਟਰੀ ਦੇ ਪੁਆਇੰਟਸ ਪੂਰੇ ਕਰਨਾ ਹੈਗੇ ਆ, ਰਾਈਟ? ਉਹਦੇ ਲਈ ਤੁਹਾਡੀ ਏਜ ਆ ਜਿਹੜੀ, ਹੈ ਨਾ, ਜੇ 29 ਤੋਂ ਬਿਲੋ ਹੈਗੀ ਆ, ਠੀਕ ਹੈ, ਜਾਂ 21 ਤੋਂ ਪਲੱਸ ਹੈਗੀ ਆ, ਤਾਂ ਮੈਕਸੀਮਮ ਪੁਆਇੰਟਸ ਹੁੰਦੇ ਆ ਉਹਦੇ 'ਚ। ਉਸ ਤੋਂ ਬਾਅਦ ਤੁਹਾਡੇ ਐਵਰੀ ਈਅਰ 5-6 ਪੁਆਇੰਟਸ ਘੱਟਦੇ ਰਹਿੰਦੇ ਆ, ਜਿਵੇਂ ਮੈਂ ਜਦੋਂ ਫਾਈਲ ਲਗਾਈ ਮੇਰੀ ਏਜ ਸੀਗੀ 32 ਈਅਰਸ,
ਰਾਈਟ ਬਟ ਮੇਰੇ ਜਿਹੜੇ ਪੁਆਇੰਟਸ ਘਟੇ ਜਸ ਭਾਜੀ ਉਹ ਘਟੇ ਉਹਨੂੰ ਮੈਂ ਕੰਪਨਸੇਟ ਕਰ ਲਿਆ ਆਪਣੇ ਆਈਲਟਸ ਦੇ ਸਕੋਰ ਦੇ ਨਾਲ ਕਿਉਂਕਿ ਭਾਜੀ ਦੇ ਜਿੰਨੇ ਸਕੋਰ ਹੈਗੇ ਆ ਉਹ ਵੀ ਮਤਲਬ ਟੌਪ ਲੈਵਲ ਦੇ ਨੇ ਹੈਗੇ ਨੇ ਬਥੇਰੇ ਬੰਦੇ ਲੈ ਸਕਦੇ ਆ ਪਰ ਮੈਂ ਦੇਖਿਆ ਨਹੀਂ ਕਿਸੇ ਨੂੰ ਹਲੇ ਲਿੱਤੇ ਸਕੋਰ ਜੇ ਲਿੱਤੇ ਵੀ ਹੋਣ ਤਾਂ ਉਹ ਜਿਵੇਂ ਆਇਲਸ ਦੇ ਟੀਚਰ ਹੋ ਗਏ ਜਾਂ ਬੜੇ ਚਿਰ ਤੋਂ ਪੜ੍ਹਾਉਂਦੇ ਆ ਇੱਦਾਂ ਭਾਜੀ ਵੀ ਉਦਾਂ ਆਇਲਸ ਕਰਾਉਂਦੇ ਰਹੇ ਅਤੇ ਭਾਜੀ ਦੇ ਸਕੋਰ ਵੀ ਆਪਾਂ ਦਾ ਦੇਖਦੇ ਹਾਂ ਅੱਗੇ ਕਿੰਨੇ ਆਉਂਦੇ ਤੁਹਾਨੂੰ ਦੱਸਦੇ ਹਾਂ ਹਾਂਜੀ ਮੇਰੇ ਓਵਰਆਲ ਜਿਹੜਾ ਆਇਲਸ ਦਾ ਸਕੋਰ ਸੀਗਾ 8.5 ਬੈਂਡ ਸੀਗਾ ਰਾਈਟ ਅਤੇ ਇੰਨੇ ਸਕੋਰ ਦੀ ਜ਼ਰੂਰਤ ਨਹੀਂ ਹੁੰਦੀ ਜੇ ਤੁਹਾਡੀ ਏਜ ਐਪਰੋਪਰੀਏਟ ਹੈਗੀ ਆ ਰਾਈਟ ਅਤੇ 8777 ਜਿਹੜੀ ਮਿਨੀਮਮ ਰਿਕੁਆਇਰਮੈਂਟ ਹੈਗੀ ਹੈ ਜੇ ਤੁਸੀਂ ਕਿਸੇ 'ਚੋਂ ਅੱਧਾ ਬੈਂਡ ਵੀ ਘੱਟ ਰਹਿ ਜਾਂਦੇ ਹੋ ਤਾਂ ਤੁਹਾਡਾ ਪੁਆਇੰਟ ਸਟਰਕਚਰ ਬਹੁਤ ਨੀਚੇ ਆ ਜਾਂਦਾ ਯੂ ਮੇ ਸਟਕ ਬਿਟਵੀਨ 390-400 ਠੀਕ ਹੈ ਹੋਰ ਵੀ ਬਹੁਤ ਪੈਰਾਮੀਟਰਸ ਨੇ ਜਿਨ੍ਹਾਂ ਨੂੰ ਪੁਆਇੰਟਸ ਲੈ ਸਕਦੇ ਆ ਫਰੈਂਚ ਦੇ ਵਿੱਚ ਜੇ ਤੁਸੀਂ ਪ੍ਰੋਫੀਸ਼ੀਐਂਟ ਹੈਗੇ ਹੋ ਠੀਕ ਹੈ ਜਾਂ ਤੁਹਾਡਾ ਕੋਈ ਰਿਲੇਟਿਵ ਕੈਨੇਡਾ 'ਚ ਹੈਗਾ ਉਹਦੇ ਪੁਆਇੰਟਸ ਮਿਲ ਜਾਂਦੇ ਆ ਰਾਈਟ ਬਟ ਸਟਿਲ ਜਿਹਦਾ ਕੋਈ ਵੀ ਕੈਨੇਡਾ 'ਚ ਨਹੀਂ ਹੈਗਾ ਹੈ ਨਾ ਮੋਸਟਲੀ ਉਹੀ ਹੁੰਦੇ ਨੇ ਰਾਈਟ ਤਾਂ ਉਹਨਾਂ ਨੂੰ 8777 ਲੈ ਕੇ ਉਹ 30 ਜਾਂ 31 ਸਾਲ ਦੀ ਉਮਰ ਤੱਕ ਕੁਆਲੀਫਾਈ ਕਰ ਸਕਦੇ ਆ ਜਿਹੜੀ ਪ੍ਰੋਫਾਈਲ ਦੇ ਵਿੱਚ ਮੈਂ ਆਇਆ ਡਾਇਰੈਕਟ ਪੀਆਰ ਜਿਹੜਾ ਹੈ ਡਾਇਰੈਕਟ ਪੀਆਰ ਦੇ ਵਿੱਚ ਹਾਂਜੀ ਕਿਉਂਕਿ ਦੇਖੋ ਬਹੁਤ ਜ਼ਿਆਦਾ ਕੰਪੀਟੀਸ਼ਨ ਹੋ ਗਿਆ ਅਤੇ ਸਕੋਰ ਬਹੁਤ ਅੱਪ ਚਲਿਆ ਗਿਆ 475 ਤੋਂ ਬਿਲੋ ਮਤਲਬ ਟਫ ਕਾਲ ਹੈਗੀ ਆ ਵੀ ਸ਼ਾਇਦ ਹੀ ਨੀਚੇ ਆਵੇ ਨੈਕਸਟ 1 ਈਅਰ ਦੇ ਵਿੱਚ ਜੇ ਆਪਾਂ ਸਟੈਟਸ ਦੇਖਦੇ ਹਾਂ ਇੱਕ ਅੱਧੀ ਵਾਰੀ 71, 72 ਜਾਂ 69 ਨੂੰ ਟੱਚ ਕੀਤਾ ਹੋਏਗਾ ਲਾਸਟ 2 ਈਅਰਸ 'ਚ ਠੀਕ ਹੈ ਵੈਸੇ ਵੀ ਐਕਸਪ੍ਰੈਸ ਐਂਟਰੀਜ਼ ਬੰਦ ਨੇ ਹੈ ਨਾ ਅੱਜ ਦੀ ਤਰੀਕ 'ਚ ਹੁਣ ਵੀ ਤਕਰੀਬਨ 8-9 ਮਹੀਨੇ ਹੋ ਗਏ ਡਰਾਉਣੀ ਹੁਣ ਤੋਂ ਡਰਾਅ ਆਉਣੇ ਸ਼ੁਰੂ ਹੋਣੇ ਆ ਪਰ 6 ਜੁਲਾਈ ਦੀ ਜੋ ਉਹਨਾਂ ਨੇ ਕਿਹਾ ਕਿ ਡਰਾਅ ਨਿਕਲਣੇ ਸ਼ੁਰੂ ਹੋ ਜਾਣਗੇ ਚਲੋ ਮੈਂ ਆਪਣੀ ਪ੍ਰੋਫਾਈਲ 'ਤੇ ਆਉਂਦਾ ਠੀਕ ਹੈ ਮੈਂ MBA ਕੀਤੀ ਸੀਗੀ ਭਾਈ ਨੇ ਨੋਟਸ ਬਣਾਏ ਹੋਏ ਨੇ ਉਹ ਵੀ ਆਪਾਂ ਦੇਖ ਲਾਂਗੇ ਜੀ ਉਹ ਮੈਂ ਨੋਟਸ ਤਾਂ ਬਣਾਏ ਆ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਟਾਈਮ ਕਿੰਨਾ ਲੱਗਦਾ ਹੈ ਨਾ ਤਾਂ ਕਿ ਤੁਸੀਂ ਪੇਸ਼ੈਂਸ ਰੱਖੋ ਕਿਉਂਕਿ ਪੇਸ਼ੈਂਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਰਾਈਟ ਮੈਂ 29 ਜਨਵਰੀ ਨੂੰ ਮੇਰਾ ਪੇਪਰ ਕਲੀਅਰ ਹੋਇਆ ਸੀ 2021 ਦੇ ਵਿੱਚ ਰਾਈਟ ਤਾਂ ਮੈਂ ਜਨਵਰੀ 'ਚ ਹੀ ਫਾਈਲ ਪੁੱਟ ਕਰਤੀ ਸੀਗੀ ਅਤੇ ਮੈਨੂੰ ਮੇਰਾ ਡਰਾਅ ਜਿਹੜਾ ਓਨਟੈਰੀਓ ਵੱਲੋਂ ਆਇਆ ਠੀਕ ਹੈ ਜਿਹਨੂੰ ਆਪਾਂ ਕਹਿੰਦੇ ਹਾਂ PNP ਪਹਿਲਾਂ ਇੰਡੀਆ ਕੀ ਸਟੱਡੀ ਕੀਤੀ ਉੱਥੋਂ ਤੁਸੀਂ ਦੱਸੋ ਵੀ ਹਾਂ ਇੰਡੀਆ ਮੈਂ ਇਹ ਸਟੱਡੀ ਕੀਤੀ ਇੰਡੀਆ ਦੇ ਵਿੱਚ ਮੈਂ MBA ਤੋਂ ਬਾਅਦ ਫਿਰ ਮੈਂ ਬੈਂਕਿੰਗ ਦਾ ਐਕਸਪੀਰੀਅੰਸ ਹੈਗਾ ਮੇਰਾ ਮੈਂ 8 ਈਅਰਸ ਬੈਂਕ ਦੇ ਵਿੱਚ ਜੋਬ ਕੀਤੀ ਆ ਇਹ ਜਿਹੜੀ ਸਕਿੱਲ ਜਿਹੜੇ ਮੇਰੀ ਸਕਿੱਲ ਹੈਗੀ ਆ ਉਹਦੇ 'ਚ ਕੌਣ ਕੌਣ ਮਤਲਬ ਕਿ ਫੋਲ ਕਰਦਾ ਉਹਦੇ 'ਚ ਮੋਸਟਲੀ ਸਾਰੇ ਮੈਨੇਜਰਸ ਫੋਲ ਕਰਦੇ ਨੇ ਬੀ ਇਟ ਇਨ ਬੈਂਕਿੰਗ ਇਨ ਇਨਵੈਸਟਮੈਂਟ ਇੰਡਸਟਰੀ ਇਨ ਫਾਈਨੈਂਸ਼ੀਅਲ ਜਾਂ ਕੋਈ ਹੈਲਥ ਇੰਡਸਟਰੀ ਨੂੰ ਹੋ ਗਿਆ ਕੋਈ ਐਡਮਿਨ ਦੇ ਵਿੱਚ ਕੋਈ ਮੈਨੇਜਰ ਹੋ ਗਿਆ ਆਪਣਾ ਇਸ ਤੋਂ ਇਲਾਵਾ ਕੋਈ ਕਾਰਪੋਰੇਟ ਰੈਸਟੋਰੈਂਟਸ ਦੇ ਵਿੱਚ ਮੈਨੇਜਰਸ ਨੇ ਮੋਸਟਲੀ ਜੋ ਟੀਮ ਨੂੰ ਸੁਪਰਵਾਈਜ਼ ਕਰਦੇ ਨੇ ਠੀਕ ਹੈ ਇਹਦੀ ਲਿਸਟ ਤੁਹਾਨੂੰ OINP ਦੀ ਵੈਬਸਾਈਟ ਦੇ ਉੱਤੇ ਮਿਲ ਜਾਏਗੀ OINP ਐਕਸਪ੍ਰੈਸ ਐਂਟਰੀ ਉਹ ਤੁਸੀਂ ਆਪਣੇ ਡਿਸਕ੍ਰਿਪਸ਼ਨ 'ਚ ਸ਼ੋਅ ਵੀ ਕਰ ਦਿਓ ਤਾਂ ਕਿ ਸਟੂਡੈਂਟਸ ਨੂੰ ਜਾਂ ਜਿਹੜੇ ਵੀ PR ਨੂੰ ਡਾਇਰੈਕਟ ਅਪਲਾਈ ਕਰਨਾ ਚਾਹੁੰਦੇ ਨੇ ਉਹ ਦੇਖ ਲੈਣ ਕਿਉਂਕਿ ਇਹਦੇ ਵਿੱਚ ਫਾਲ ਕਰਦੇ ਨੇ ਲਿਸਟ ਵੈਸੇ ਹੈਗੀ ਆ ਬਹੁਤ ਵੱਡੀਆਂ ਤੁਸੀਂ ਆਪਣੇ ਆਪ ਵੀ ਜੇ ਆਪਾਂ ਕੀ ਲਿਖ ਕੇ ਇਹਨਾਂ ਨੂੰ ਦੱਸੀਏ ਵੀ ਲਿਸਟ ਨਿਕਲ ਜਾਏ ਜਿਹੜੀ ਇਹ ਸਟਰੀਮ ਹੈਗੀ ਹੈ ਇਹ ਹੈਗੀ ਆ ਹਿਊਮਨ ਕੈਪੀਟਲ ਪ੍ਰਾਇਰਟੀਜ਼ ਸਟਰੀਮ ਇਹਦੇ ਵਿੱਚ ਕੋਈ ਜੋਬ ਆਫਰ ਨਹੀਂ ਚਾਹੀਦੀ ਕੈਨੇਡਾ ਤੋਂ ਨਥਿੰਗ ਠੀਕ ਹੈ ਤੁਸੀਂ ਇੰਡੀਆ ਬੈਠੇ ਇਕੱਲੇ ਮਤਲਬ ਡਾਇਰੈਕਟ ਅਪਲਾਈ ਕਰਦੇ ਹੋ ਜੇ ਉਹਨਾਂ ਨੂੰ ਸੱਦਣਾ ਹੋਇਆ ਉਹ ਨਹੀਂ ਸੱਦਣਾ ਇੱਦਾਂ ਕੁਛ ਨਹੀਂ ਚਾਹੀਦਾ ਭਾਜੀ ਸਿੰਪਲ ਫਾਈਲ ਲਗਾਉਣੀ ਹੈ ਤੁਸੀਂ ਜੇ ਤੁਸੀਂ ਇਹ 9 ਕੋਡਸ ਦੇ ਵਿੱਚ ਫਾਲ ਕਰਦੇ ਹੋ 9 ਕੋਡਸ ਤੁਹਾਨੂੰ ਭਾਜੀ ਨੇ ਪਹਿਲਾਂ ਵੀਡੀਓ ਦੱਸਿਆ ਹੋਣੇ ਹੈ ਨਾ ਹਲੇ ਹਲੇ ਤੱਕ ਵੈਸੇ ਮੈਂ ਇਮੀਗ੍ਰੇਸ਼ਨ ਦੀ ਕੋਈ ਰਿਲੇਟਡ ਵੀਡੀਓ ਪਾਈ ਨਹੀਂ ਹੈਗੀ ਆਪਾਂ ਨੂੰ ਜਦ PR ਲੈਣੀ ਹੁੰਦੀ ਹੈ ਚਾਹੇ ਸਟੂਡੈਂਟ ਆ ਰਹੇ ਆ ਚਾਹੇ ਇੰਡੀਆ ਤੋਂ ਆਨੇ ਕੁਛ ਸਰਟਨ 9 ਕੋਡਸ ਹੁੰਦੇ ਨੇ ਉਹਦੇ ਵਿੱਚ ਆਪਣੀ ਜੋਬ ਲਾਈ ਕਰਨੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਜੋਬ ਉਹਦੇ ਵਿੱਚ ਆਉਂਦੀ ਹੈ ਫਿਰ ਉਸ ਤੋਂ ਬਾਅਦ ਜੋਬ ਡਿਊਟੀਆਂ ਮੈਚ ਕਰਨੀਆਂ ਪੈਂਦੀਆਂ ਨੇ ਫਿਰ ਜੇ ਸਾਰਾ ਕੁਝ ਡਨ ਹੋਵੇ ਫਿਰ ਅੱਗੇ PR ਦਾ ਪ੍ਰੋਸੈਸ ਸਟਾਰਟ ਹੋਊਗਾ ਹਾਂਜੀ ਤੁਹਾਡੀ 9 ਕੋਡ ਤੁਹਾਡੀ ਰਿਸਪੋਨਸਿਬਿਲਟੀਜ਼ ਡਿਸਾਈਡ ਕਰਦੀਆਂ ਨੇ ਵੀ ਤੁਸੀਂ ਕੰਮ ਕੀ ਕਰਦੇ ਹੋ ਠੀਕ ਹੈ ਚਾਹੇ ਤੁਸੀਂ ਕੰਪਨੀ ਦੇ CEO ਠੀਕ ਹੈ ਬਟ ਤੁਹਾਡਾ ਕੰਮ ਹੈਗਾ ਟੀਮ ਨੂੰ ਹੈਂਡਲ ਕਰਨਾ ਮੈਨੇਜਮੈਂਟ ਮੈਨੇਜਰ ਹੋ ਤੁਸੀਂ ਹੈ ਨਾ ਰਿਸਪੋਨਸਿਬਿਲਟੀਜ਼ ਤੁਹਾਡੀਆਂ ਮੈਨੇਜਰ ਵਾਲੀਆਂ ਨੇ ਤਾਂ ਤੁਸੀਂ ਉਹਦੇ 'ਚ ਫੋਲ ਕਰੋਗੇ ਨੇਮ ਨਹੀਂ ਡਿਸਾਈਡ ਕਰਦਾ ਹੈਗਾ ਤੁਹਾਡੀ ਰਿਸਪੋਨਸੀਬਿਲਟੀ ਡਿਸਾਈਡ ਕਰਦੀ ਅਲੱਗ ਅਲੱਗ ਗਰੁੱਪਸ ਹੁੰਦੇ ਨੌਕ 0 A B C D E ਤੱਕ ਜਾਂਦੇ ਆ ਤਾਂ ਜਿੰਨੀ ਸਕਿੱਲ ਆ ਉਸ ਹਿਸਾਬ ਨਾਲ ਹੁੰਦੇ 0 ਹੁੰਦਾ ਨੌਕ ਉਹ ਜਿਹਨੂੰ ਬੋਲਦੇ ਹਾਂ ਆਪਾਂ ਉਹ 'ਚ ਮੈਨੇਜਰਸ ਆ ਜਾਂਦੇ ਸਾਰੇ ਵਾਈਟ ਕਾਲਰਸ ਉਸ ਤੋਂ ਬਾਅਦ ਨੌਕ A ਆ ਜਾਂਦਾ ਹਾਈਲੀ ਸਕਿੱਲਡ ਡਾਕਟਰਸ ਆ ਜਾਂਦੇ ਨੇ ਉਹਦੇ ਵਿੱਚ ਪ੍ਰੋਫੈਸ਼ਨਲ CFAs ਆ ਜਾਂਦੇ ਨੇ ਨੌਕ ਵੀ ਆਪਣਾ ਸੁਪਰਵਾਈਜ਼ਰਸ ਟੀਮ ਲੀਡਰਸ ਆ ਜਾਂਦੇ ਆ ਠੀਕ ਹੈ ਇਸ ਤੋਂ ਨੀਚੇ PR ਨਹੀਂ ਹੁੰਦੀ ਹੈਗੀ ਉਸ ਤੋਂ ਬਾਅਦ ਲੇਬਰ ਜੋਬਸ ਆ ਜਾਂਦੀਆਂ ਨੇ ਨੌਕ ਸੀ ਜਿਵੇਂ ਆਪਣਾ ਫਾਰਮਿੰਗ ਹੋ ਗਈ PN ਲੇਬਰ ਹੋ ਗਿਆ ਹਾਂਜੀ ਜਿੰਨਾ ਨੌਕ ਗਰੁੱਪ ਅੱਗੇ ਜਾਈ ਜਾਊਗਾ ਉਨੀ ਹੀ ਲੋ ਸਕਿੱਲਡ ਜੋਬਸ ਆ ਜਾਂਦੀਆਂ ਵਿਦਆਊਟ ਜਿਹਦੇ 'ਚ ਪੜ੍ਹਾਈ ਦੀ ਲੋੜ ਵੀ ਨਹੀਂ ਹੈਗੀ ਹੈ ਨਾ
ਅਨਇੰਪਲੋਇਡ ਮਤਲਬ ਸੌਰੀ ਸੌਰੀ ਅਨਇੰਪਲੋਇਡ ਕਹਿ ਰਹੇ ਅਨਐਜੂਕੇਟਿਡ ਲੋਕ ਵੀ ਆਪਾਂ ਇਹਦੇ ਵਿੱਚ ਫਾਲ ਕਰਦੇ ਨੇ ਠੀਕ ਹੈ ਡਿਪੈਂਡ ਕਰਦਾ ਵੀ ਇੱਥੇ ਕੈਨੇਡਾ ਦੇ ਵਿੱਚ ਕਿਹੜੀ ਚੀਜ਼ ਦੀ ਡਿਮਾਂਡ ਹੈ ਹਾਂਜੀ ਮਤਲਬ ਉਹਦੇ 'ਚ ਤਾਂ ਜਿਹੜਾ ਬੰਦਾ ਫਾਲ ਕਰਦਾ ਭੁੱਲ ਜਾਵੇ ਹੈ ਨਾ ਉਹਦੇ ਲਈ ਕੈਨੇਡਾ ਦੇ ਰਸਤੇ ਖੁੱਲ੍ਹਦੇ ਨਹੀਂ ਹੈਗੇ ਠੀਕ ਹੈ ਨੌਕ ਬੀ ਤੱਕ ਤੁਸੀਂ ਸਟੱਡੀ ਕਰ ਸਕਦੇ ਹੋ ਨੌਕ ਦੇ ਵਿੱਚ ਨਾ ਲੋਕੀ ਹੋਰ ਵੀ ਬਹੁਤ ਵੀਡੀਓਸ ਪਾਉਂਦੇ ਨੇ ਤੁਸੀਂ ਉਹਦੇ 'ਚ ਦੇਖ ਸਕਦੇ ਹੋ ਠੀਕ ਹੈ ਹੁਣ ਆਪਣੀ ਪ੍ਰੋਫਾਈਲ ਤੋਂ ਸ਼ੁਰੂ ਕਰੋ 29 ਜਨਵਰੀ 2021 'ਚ ਆਪਾਂ ਫਾਈਲ ਲਈ ਸੀਗੀ ਬੈਨ ਲੈਣ ਤੁਸੀਂ ਜਦੋਂ ਸਭ ਤੋਂ ਪਹਿਲਾਂ ਐਕਸਪ੍ਰੈਸ ਐਂਟਰੀ 'ਚ ਫਾਈਲ ਕ੍ਰੀਏਟ ਕਰਨੀ ਹੁੰਦੀ ਹੈ ਠੀਕ ਹੈ ਤਾਂ ਉਹਦੇ ਵਿੱਚ ਆਪਸ਼ਨ ਹੁੰਦੀ ਹੈ ਕਿ ਤੁਹਾਡਾ ਇੰਟਰਸਟ ਕਿਹੜੀ ਕਿਹੜੀ ਪ੍ਰੋਵਿੰਸਿਸ 'ਚ ਹੈਗਾ ਠੀਕ ਹੈ ਤਾਂ ਉਹਦੇ 'ਚ ਇੱਕ ਲਾਸਟ 'ਚ ਆਪਸ਼ਨ ਹੁੰਦੀ ਹੈ ਵੀ ਤੁਸੀਂ ਹਰ ਇੱਕ ਪ੍ਰੋਵਿੰਸ ਨੂੰ ਮਤਲਬ ਜਾਣਾ ਲਾਈਕ ਕਰੋਗੇ ਮੇਰਾ ਇੰਟਰਸਟ ਜਿੱਧਰ ਮਰਜ਼ੀ ਜਿੱਧਰੋਂ ਮਰਜ਼ੀ ਆ ਜਾਵੇ ਤਾਂ ਉਹੀ ਮੈਂ ਸਿਲੈਕਟ ਕੀਤਾ ਸੀ ਤਾਂ ਇਹਦੇ ਵਿੱਚ ਕੀ ਹੁੰਦਾ ਜਿਹੜਾ ਓਨਟੈਰੀਓ ਹੈਗਾ ਉਹ ਜਿਹਨੇ ਇੰਟਰਸਟ ਸ਼ੋ ਕੀਤਾ ਹੁੰਦਾ ਓਨਟੈਰੀਓ ਦੇ ਵਿੱਚ ਉਹ ਉਹਨੂੰ ਮੇਲ ਭੇਜਦਾ ਵਾ ਉਹਨੂੰ ਕਹਿ ਦਿੰਦੇ ਨੋਟੀਫਿਕੇਸ਼ਨ ਆਫ ਇੰਟਰਸਟ NOI ਬੋਲ ਦਿੰਦੇ ਆ ਤਾਂ ਉਹ NOI ਮੇਰੀ ਐਕਸਪ੍ਰੈਸ ਐਂਟਰੀ 'ਚ ਉਹਨਾਂ ਨੇ ਮੇਰੀ ਫਾਈਲ ਚੱਕੀ ਉਦੋਂ ਮੇਰੇ 462 ਪੁਆਇੰਟ ਸੀਗੇ ਠੀਕ ਹੈ ਜੀ ਅਤੇ 459 ਦੀ ਕੱਟ ਆਫ ਸੀਗੀ ਠੀਕ ਹੈ ਇੱਕ ਚੀਜ਼ ਦਾ ਧਿਆਨ ਰੱਖਣਾ ਜਿਹੜੀ PNPs ਹੁੰਦੀਆਂ ਨੇ ਉਹਨਾਂ ਦੀ ਅਪਰ ਲਿਮਿਟ ਵੀ ਹੁੰਦੀ ਆ ਜਿਹੜੇ ਜ਼ਿਆਦਾ ਸਕੋਰ ਵਾਲੇ ਆ ਉਹ ਵੀ ਨਹੀਂ ਜਾਂਦੇ ਇਹਦੇ ਵਿੱਚ ਠੀਕ ਹੈ ਤਾਂ ਨੋਰਮਲੀ ਇਹ 459 ਤੋਂ 467 ਦੇ ਬਿਟਵੀਨ ਰਹਿੰਦੀ ਹੈ ਕਈ ਵਾਰੀ 455 ਤੇ ਵੀ ਆ ਜਾਂਦੀ ਹੈ ਜੇ ਤੁਹਾਡਾ ਸਕੋਰ 455 ਪਲੱਸ ਹੈਗਾ ਅਤੇ 70 ਤੋਂ ਘੱਟ ਹੈਗਾ ਤਾਂ ਤੁਸੀਂ ਐਕਸਪੈਕਟ ਕਰ ਸਕਦੇ ਹੋ ਕੈਨੇਡਾ ਆਉਣ ਲਈ ਠੀਕ ਹੈ ਇਸ ਸਟ੍ਰੀਮ ਦੇ ਵਿੱਚ ਬਸ ਤੁਸੀਂ ਫਾਈਲ ਤੁਹਾਡੀ ਜਦੋਂ ਮੇਲ ਆ ਗਈ ਮੈਨੂੰ ਠੀਕ ਹੈ ਟੋਟਲ ਮੇਰਾ ਪ੍ਰੋਸੈਸ ਮੈਕਸੀਮਮ 10 ਮੰਥਸ ਦੇ ਵਿੱਚ ਮੇਰਾ ਸਾਰਾ ਪ੍ਰੋਸੈਸ ਹੋ ਗਿਆ ਸੀ PPR ਆ ਗਈ ਸੀ ਮੇਰੀ ਰਾਈਟ ਕੋਵਿਡ ਦਾ ਟਾਈਮ ਸੀਗਾ ਅਦਰਵਾਈਜ਼ ਇਹ 6 to 7 months ਦਾ ਟਾਈਮ ਲੱਗਦਾ ਰਾਈਟ ਤਾਂ 28 July 2021 ਨੂੰ ਮੇਰਾ ਨੋਟੀਫਿਕੇਸ਼ਨ ਆਇਆ ਜੋ ਮੈਂ ਜਨਵਰੀ 'ਚ ਫਾਈਲ ਲਗਾਈ ਸੀ 6 ਮਹੀਨੇ ਬਾਅਦ ਮੇਰੀ ਫਾਈਲ ਪਿੱਕ ਹੋਈ ਠੀਕ ਹੈ ਜੀ ਤਾਂ ਉਸ ਵਿੱਚ ਮੈਂ $1500 ਜਿਹੜੀ ਸਰਕਾਰੀ ਫੀਸ ਜਿਹੜੀ ਆਪਾਂ ਐਮਬੈਸੀ ਦੀ ਫੀਸ ਕਹਿੰਦੇ ਹਾਂ ਉਹ ਪੇ ਕੀਤੀ ਮੈਂ ਉਹਨਾਂ ਨੂੰ ਕੈਨੇਡੀਅਨ ਡਾਲਰਸ ਠੀਕ ਹੈ ਅਪਰੋਕਸੀਮੇਟਲੀ 90,000-92,000 ਬਣਦੀ ਹੈ ਰਾਈਟ ਉਸ ਤੋਂ ਬਾਅਦ ਜਦੋਂ ਆਪਾਂ ਫੀਸ ਪੇ ਕਰ ਦਿੰਦੇ ਹਾਂ ਤਾਂ ਆਪਾਂ ਸ਼ੋ ਕਰ ਦਿੰਦੇ ਹਾਂ ਕਿ ਤੁਸੀਂ ਜੋ ਨੋਟੀਫਿਕੇਸ਼ਨ ਦਿੱਤਾ ਉਹ ਅਸੀਂ ਐਕਸੈਪਟ ਕਰ ਲਿਆ ਠੀਕ ਹੈ ਤਾਂ ਐਕਸੈਪਟ ਕਰਨ ਦੇ ਨਾਲ ਆਪਾਂ ਨੂੰ ਮਤਲਬ ਸਾਰਾ ਉਸ ਉੱਤੋਂ ਵੈਰੀਫਿਕੇਸ਼ਨਸ ਚੱਲਦੀਆਂ ਨੇ ਫੀਸ ਪੇ ਕਰਦੇ ਇਹਨਾਂ ਦਾ ਆਪਣਾ ਪੋਰਟਲ ਅਲੱਗ ਤੋਂ ਹੁੰਦਾ ਓਨਟੈਰੀਓ ਦਾ ਉਹਦੇ 'ਚ ਫਿਰ ਤੁਹਾਡਾ ਲੌਗਇਨ ਕ੍ਰੀਏਟ ਹੋ ਜਾਂਦਾ ਰਾਈਟ ਜਿਹੜੀ ਦੂਜੀਆਂ ਪ੍ਰੋਵਿੰਸਿਸ ਨੇ ਉਹ 'ਚ ਪਹਿਲਾਂ ਹੀ ਬਣਾਉਣਾ ਪੈਂਦਾ ਕਈ ਪ੍ਰੋਵਿੰਸਿਸ ਜਿਵੇਂ ਸਸਕੈਚੁਆਨ SINP ਹੈਗਾ ਹੈ ਨਾ ਉਹ ਵੀ ਸਿਮਿਲਰ ਪ੍ਰੋਗਰਾਮ ਆ ਜਿਹਦਾ ਨੌਕ ਉਹਦੇ 'ਚ ਫੋਲ ਕਰਦਾ ਬੰਦਾ ਉਹਦੇ 'ਚ ਟਰਾਈ ਕਰੇ ਉਹਦੇ 'ਚ ਤੁਸੀਂ ਇਹਨਾਂ ਨੂੰ ਬਾਅਦ 'ਚ ਕਾਲ 'ਤੇ ਪੁੱਛ ਸਕਦੇ ਹੋ ਕਿ ਹੋਰ ਪ੍ਰੋਵਿੰਸਿਸ 'ਚ ਕਿਵੇਂ ਆਪਾਂ ਜਾ ਸਕਦੇ ਰਾਈਟ ਜ਼ਰੂਰੀ ਨਹੀਂ ਹੈਗਾ ਸਿਰਫ ਓਨਟੈਰੀਓ ਆ ਸਕਦੇ ਹਾਂ ਸਸਕੈਚੁਆਨ ਆ ਸਕਦੇ ਹੋ ਮੈਨੀਟੋਬਾ ਹੈਗਾ ਉਹ ਪ੍ਰੋਫਾਈਲ ਟੂ ਪ੍ਰੋਫਾਈਲ ਹੈਗਾ ਬਿਨਾਂ ਜੋਬ ਆਫਰ ਤੋਂ ਬਹੁਤ ਪ੍ਰੋਵਿੰਸਿਸ ਤੁਹਾਨੂੰ ਬੁਲਾਉਂਦੀਆਂ ਨੇ ਸਿਰਫ ਨੌਲੇਜ ਦੀ ਲੈਕਿੰਗ ਕਰਕੇ ਲੋਕੀ ਕੀ ਕਰਦੇ ਨੇ ਏਜੰਟਸ ਨੂੰ ਪੈਸੇ ਦੇ ਦਿੰਦੇ ਆ ਉਹਨਾਂ ਨੂੰ ਵੀ ਹੈ ਨਾ ਹਾਫ ਨੌਲੇਜ ਹੁੰਦੀ ਹੈ ਠੀਕ ਹੈ ਤਾਂ ਪਹੁੰਚ ਨਹੀਂ ਪਾਉਂਦੇ ਜਿਹੜੇ ਬੰਦੇ ਮਤਲਬ ਕਿ ਉਹ ਕੈਪੇਬਲ ਹੁੰਦੇ ਆ ਬਟ ਇੰਡੀਆ ਹੀ ਰਹਿ ਜਾਂਦੇ ਆ ਰਾਈਟ ਪ੍ਰੋਫਾਈਲ ਤੁਸੀਂ ਖੁਦ ਲਗਾਓ ਮੈਂ ਵੀ ਖੁਦ ਲਗਾਈ ਸੀ ਠੀਕ ਹੈ ਮੈਂ ਨਹੀਂ ਕਹਿੰਦਾ ਕਿ ਏਜੰਟਸ ਕੋਲ ਨਾ ਲਗਾਓ ਏਜੰਟਸ ਕੋਲ ਜੇ ਤੁਸੀਂ ਲਗਾਈ ਹੈਗੀ ਹੈ ਕਿਸੇ ਕੋਲ ਵੀ ਤਾਂ ਉਹਦਾ ਫੋਲੋ ਅਪ ਪ੍ਰੋਪਰਲੀ ਲਓ ਕਿ ਉਹ ਸਾਰਾ ਕੁਝ ਕਰ ਰਿਹਾ ਕਿਉਂਕਿ ਰੀਸੈਂਟਲੀ ਇੱਕ ਮੇਰਾ ਫਰੈਂਡ ਸੀਗਾ ਉਹਨੂੰ ਨੋਟੀਫਿਕੇਸ਼ਨ ਆਈ ਸੀ ਤਾਂ ਸਿਰਫ 45 days ਦਾ ਟਾਈਮ ਹੁੰਦਾ ਜੋ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਮੈਂਸ਼ਨ ਕੀਤਾ ਕਿ ਮੈਂ ਇਹ ਮੇਰੀ ਜੋਬ ਹੈਗੀ ਸੀਗੀ ਇਹ ਮੇਰੀ ਰਿਸਪੋਂਸੀਬਿਲਟੀ ਸੀ ਇੰਨੇ ਤੋਂ ਇੰਨਾ ਮੈਂ ਜੋਬ ਕੀਤਾ ਜੋ ਵੀ ਚੀਜ਼ਾਂ ਤੁਸੀਂ ਮੈਂਸ਼ਨ ਕੀਤੀਆਂ ਨੇ ਉਹ ਪ੍ਰੂਫ ਕਰਨੀਆਂ ਹੁੰਦੀਆਂ ਨੇ ਤੁਹਾਨੂੰ ਉਹਦੇ ਡਾਕੂਮੈਂਟਸ ਸਬਮਿਟ ਕਰਨੇ ਹੁੰਦੇ ਆ ਵੈਸ ਵਗੈਰਾ ਤੁਹਾਨੂੰ ਪਹਿਲਾਂ ਹੀ ਕਰਾਉਣੀ ਪੈਂਦੀ ਆ ਠੀਕ ਹੈ ਕਿੱਥੋਂ ਦੀ ਤੁਹਾਡੀ ਅਸੈਸਮੈਂਟ ਹੋਣੀ ਚਾਹੀਦੀ ਹੈ ਕਿੱਥੋਂ ਨਹੀਂ ਹੋਣੀ ਚਾਹੀਦੀ ਇਹ ਵੀ ਤੁਹਾਨੂੰ ਤੁਸੀਂ ਭਾਅ ਜੀ ਨੂੰ ਕਾਲ ਕਰ ਸਕਦੇ ਹੋ ਠੀਕ ਹੈ ਕਿਉਂਕਿ ਅੱਜ ਕੱਲ੍ਹ ਕੀ ਹੋ ਰਿਹਾ ਵੈਸ ਜਿਹੜੀ ਹੈਗੀ ਆ ਉਹ ਤੁਹਾਡੀ ਮਾਸਟਰਸ ਕੰਸੀਡਰ ਨਹੀਂ ਕਰਦੀ ਹੈਗੀ ਰੀਜ਼ਨ ਬਿਹਾਈਂਡ ਕਿ ਉਹਨਾਂ ਨੇ ਥੋੜ੍ਹੇ ਕ੍ਰਾਈਟੀਰੀਆ ਚੇਂਜਸ ਕੀਤੇ ਨੇ ਠੀਕ ਹੈ ਉਹ ਮਾਸਟਰਸ ਨੂੰ PG ਡਿਪਲੋਮਾ ਉਹਦੇ ਨਾਲ ਕੀ ਹੈ 7 ਪੁਆਇੰਟ ਘੱਟ ਜਾਂਦੇ ਤੁਹਾਡੇ ਠੀਕ ਹੈ ਬਟ ਇਹ ਨਹੀਂ ਹੈਗਾ ਕਿ ਜੇ ਤੁਸੀਂ ਮਾਸਟਰਸ ਹੋ ਤਾਂ ਤੁਸੀਂ ਮਾਸਟਰ ਕੰਸੀਡਰ ਨਹੀਂ ਕਰਾ ਸਕਦੇ ਹੋਰ ਵੀ ICAS ਹੈਗੀ ਆ IQAS ਹੈਗੀ ਆ ICES ਹੈਗੀ ਆ ਹੋਰ ਮਤਲਬ ਅਪਰੋਕਸੀਮੇਟਲੀ 5 ਮੇਨ ਮੈਨੂੰ ਜੋ ਯਾਦ ਨੇ ਹੋਰ ਏਜੰਸੀਸ ਹੈਗੀਆਂ ਨੇ ਉਹ ਸਰਕਾਰੀ ਨੇ ਇੱਕ BC ਦੀ ਆ ਇੱਕ ਅਲਬਰਟਾ ਦੀ ਆ ਹਾਂ ਇੱਦਾਂ ਇੱਕ ਟੋਰਾਂਟੋ ਯੂਨੀਵਰਸਿਟੀ ਦੀ ਆ ਰਾਈਟ ਉਹ ਵੀ ਉਹਨਾਂ ਦੀ ਵੀ ਇਕੁਅਲ ਹੁੰਦੀ ਹੈ ECE ਮਤਲਬ ਐਜੂਕੇਸ਼ਨ ਕ੍ਰੈਡੈਂਸ਼ੀਅਲ ਅਸੈਸਮੈਂਟ ਲੋਕਾਂ ਨੂੰ ਇਹ ਲੱਗਦਾ ਕਿ ਵੈਸ ਹੁੰਦਾ ਹੈ ਨਾ ਵੈਸ ਤਾਂ ਇੱਕ ਆਰਗਨਾਈਜੇਸ਼ਨ ਆ ਜੋ ਉਹਨੂੰ ਅਸੈਸ ਕਰਦੀ ਹੈ ਰਾਈਟ ਤੁਸੀਂ ਕਿਸੇ ਤੋਂ ਵੀ ਕਰਾ ਸਕਦੇ ਹੋ ਸਰਕਾਰੀ ਵਾਲੀਆਂ ਥੋੜ੍ਹਾ ਟਾਈਮ ਜ਼ਿਆਦਾ ਰਹਿੰਦੀਆਂ ਨੇ ਰਾਈਟ ਜਿਹਦੀ ਮਾਸਟਰਸ ਹੈਗੀ ਆ ਮੈਂ ਕਹੂੰਗਾ ਕਿ ਵੈਸ ਦੇ ਵਿੱਚ ਨਾ ਜਾਓ ਠੀਕ ਹੈ ਤਾਂ ਤੁਹਾਡੇ ਪੁਆਇੰਟਸ ਘਟਾ ਦੇਗੀ ਉਹ
ਅਦਰਵਾਈਜ਼ ਜਿਹਦੇ ਪੁਆਇੰਟਸ ਘੱਟ ਨਾਲ ਵੀ ਪੂਰੇ ਬਣਦੇ ਉਹ ਕਰਾ ਸਕਦੇ ਕਿਉਂਕਿ ਹਫ਼ਤੇ ਦੇ ਵਿੱਚ ਵਿੱਚ ਆਪਣਾ ਡਿਸੀਜਨ ਦੇ ਦਿੰਦੀਆਂ ਨੇ ਰਾਈਟ ਇੱਕ ਦੋ ਮਹੀਨੇ ਯੂਨੀਵਰਸਿਟੀ ਲੈ ਲੈਂਦੀ ਹੈ ਜਿੱਥੋਂ ਤੁਸੀਂ ਉਹਨਾਂ ਨੂੰ ਟਰਾਂਸਕ੍ਰਿਪਟ ਭੇਜਣੀ ਹੈ ਟਰਾਂਸਕ੍ਰਿਪਟ ਮਤਲਬ ਤੁਹਾਡੀ ਜਿਹੜੀ ਪੜ੍ਹਾਈ ਕੀਤੀ ਹੈ ਡੀ ਐਮ ਸੀ ਜਾਂ ਡਿਗਰੀਜ਼ ਨੇ ਉਹ ਅੱਜ ਕੱਲ੍ਹ ਮੇਲ ਕਰਦੀਆਂ ਯੂਨੀਵਰਸਿਟੀ ਅੱਗੇ ਬਾਈ ਕੋਰੀਅਰ ਜਾਂਦੇ ਸੀ ਉਹ ਮੇਲ ਕਰਦੀਆਂ ਨੇ ਉਹ ਵੀ 20-22 ਦਿਨ ਮਹੀਨਾ ਲਗਾ ਕੇ ਚਲੋ ਉਹ ਲੈ ਲੈਂਦੀਆਂ ਨੇ ਕਿਉਂਕਿ ਉਹਨਾਂ ਕੋਲ ਬਹੁਤ ਰਸ਼ ਹੈ ਠੀਕ ਹੈ ਵੈਸੇ ਤੁਹਾਡੀ ਆਲਰੇਡੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਆਈਲਟਸ ਦਾ ਸਕੋਰ ਹੋਣਾ ਚਾਹੀਦਾ ਠੀਕ ਹੈ ਫਿਰ ਤੁਸੀਂ ਐਕਸਪ੍ਰੈਸ ਐਂਟਰੀ ਸੋਚ ਸਕਦੇ ਹੋ ਅਦਰਵਾਈਜ਼ ਜੇ ਤੁਸੀਂ ਪ੍ਰੋਫਾਈਲ ਕ੍ਰੀਏਟ ਕਰ ਲਈ ਤਾਂ ਉਹਨਾਂ ਨੇ ਡਰਾਅ ਨਿਕਲ ਗਿਆ ਤੁਸੀਂ 45 ਦਿਨਾਂ 'ਚ ਕੁਛ ਇਹ ਚੀਜ਼ਾਂ ਨਹੀਂ ਪੂਰੀਆਂ ਕਰ ਪਾਓਗੇ ਰਾਈਟ ਬਿਲਕੁਲ ਬਾਕੀ ਜਿਹਦੇ ਡਰਾਅ ਨਹੀਂ ਵੀ ਬਣਦੇ ਹੈਗੇ ਜਾਂ ਪੁਆਇੰਟਸ ਨਹੀਂ ਵੀ ਬਣਦੇ ਹੈਗੇ ਉਹਦੇ ਵੀ ਇੱਦਾਂ ਨਹੀਂ ਹੈਗਾ ਕਿ ਆਪਾਂ ਇੱਥੋਂ ਹੀ ਬੈਠ ਕੇ ਪੀਆਰ ਹੋਣਾ ਆ ਜਾਂ ਕੁਛ ਵੀ ਤਰੀਕਾ ਆਪਾਂ ਉੱਥੋਂ ਬੈਠ ਕੇ ਹੀ ਅਪਣਾਉਣਾ ਆ ਵੀ ਤੁਸੀਂ ਫਿਰ ਆਪਣਾ ਵਿਜ਼ਟਰ ਵੀਜ਼ਾ ਵੀ ਅਪਲਾਈ ਕਰ ਸਕਦੇ ਆ ਘੁੰਮਣ ਦੇ ਬੇਸ ਤੇ ਆ ਸਕਦੇ ਆ ਇੱਥੇ ਆ ਕੇ ਆਪਾਂ ਫੇਰ ਕਨਵਰਟ ਵੀ ਕਰਾ ਸਕਦੇ ਆ ਵਿਜ਼ਟਰ ਟੂ ਸਟੱਡੀ ਜਾਂ ਵਿਜ਼ਟਰ ਟੂ ਵਰਕ ਹਨਾ ਨੌਕਸੀ ਦੀਆਂ ਕੈਟੇਗਰੀਜ਼ ਵੀ ਹੈਗੀਆਂ ਜੇ ਬੰਦੇ ਕਿਸੇ ਨੇ ਇੰਡੀਆ ਦੇ ਵਿੱਚ ਪੜ੍ਹਾਈ ਨਹੀਂ ਕੀਤੀ ਹੈਗੀ 10ਵੀਂ ਕੀਤੀ 12ਵੀਂ ਕੀਤੀ ਆ ਏਜ ਥੋੜ੍ਹੀ ਜ਼ਿਆਦਾ ਹੈਗੀ 25-26-27 ਹੈ ਵਿਜ਼ਟਰ ਵੀਜ਼ਾ ਲੱਗ ਜਾਂਦਾ ਇੱਥੇ ਆਪਾਂ ਉਹਨੂੰ ਵਰਕ 'ਚ ਪਾ ਦਈਦਾ ਆ ਜਾਂ ਫਾਰਮਿੰਗ 'ਚ ਪਾ ਦਈਦਾ ਨੌਕਸੀ ਦੇ ਅੰਡਰ ਅਤੇ ਉਸ ਤੋਂ ਬਾਅਦ ਵਿੱਚ ਪੀ ਆਰ ਕਰਾ ਦਈਦੀ ਹੈ ਨਾ ਜੇ ਅਗਲਾ ਮੈਨੇਜਰ ਵਗੈਰਾ ਜਾਂ ਸੁਪਰਵਾਈਜ਼ਰ ਹੈਗਾ ਉਹਨੂੰ ਇੱਥੇ ਕਨਵਰਟ ਕਰਾ ਕੇ ਵਰਕ ਦੇ ਵਿੱਚ ਪਾ ਦਈਦਾ ਹੈਗਾ ਹੈ ਨਾ ਅਤੇ ਉਹ ਸਾਡੇ ਕੋਲ ਕੁਛ ਕੰਪਨੀਆਂ ਹੈਗੀਆਂ ਆਈ ਟੀ ਦੇ ਰਿਲੇਟਡ ਉਹਦੇ ਵਿੱਚ ਉਹਨੂੰ ਕੰਮ ਲਵਾ ਦਈਦਾ ਹੈਗਾ ਆ ਜੇ ਕੰਮ ਨਹੀਂ ਤਾਂ ਫਿਰ ਮਤਲਬ ਆਪਣੇ ਕੋਲ ਹੋਰ ਵੀ ਇੱਕ ਦੋ ਤਰੀਕੇ ਹੈਗੇ ਆ ਕੰਮ ਉਹਦਾ ਮਤਲਬ ਪੀ ਆਰ ਤੱਕ ਕਰਵਾ ਦਈਦਾ ਸਾਰਾ ਕੁਛ ਇੱਕ ਮਿਸਕਨਸੈਪਸ਼ਨ ਵੀ ਹੈਗੀ ਹੈ ਤੁਹਾਡੇ ਜਿਵੇਂ ਤੁਸੀਂ ਕਈ ਗੱਲਾਂ ਕਹੀਆਂ ਨਾ ਫਾਰਮਰਸ 'ਚ ਪਵਾ ਦਿੰਦੇ ਆ ਲੋਕਾਂ ਨੂੰ ਇਹ ਹੁੰਦਾ ਕਿ ਫਾਰਮਿੰਗ ਦੇ ਵਿੱਚ ਪੀ ਆਰ ਨਹੀਂ ਹੁੰਦੀ ਹੈਗੀ ਠੀਕ ਹੈ ਬਟ ਰੀਸੈਂਟਲੀ ਚੇਂਜਸ ਹੁੰਦੇ ਰਹਿੰਦੇ ਹੈ ਨਾ ਐਮਬੈਸੀ ਦੇਖਦੀ ਹੈ ਕਿ ਕਿਹੜੀ ਚੀਜ਼ ਦੀ ਇਨ ਡਿਮਾਂਡ ਹੈਗੀ ਹੈ ਫਾਰਮਰਸ ਇਸ ਟਾਈਮ ਆਕੂਪੇਸ਼ਨ ਇਨ ਡਿਮਾਂਡ 'ਚ ਨੇ ਓਨਟੈਰੀਓ 'ਚ ਮਤਲਬ ਉਹ ਡਾਇਰੈਕਟਲੀ ਪੀ ਐਨ ਪੀ ਲਈ ਐਲੀਜੀਬਲ ਨੇ ਰਾਈਟ ਤਾਂ ਕਿਸੇ ਦੇ ਕਹਿਣ 'ਤੇ ਤੁਸੀਂ ਇਹ ਨਹੀਂ ਕਹਿਣਾ ਹੈਗਾ ਕਿ ਮਤਲਬ ਕਿ ਜੋ ਚੀਜ਼ ਮਤਲਬ ਇਹ ਸਰ ਕਹਿ ਰਹੇ ਨੇ ਹੈ ਨਾ ਆਪਣੇ ਜਸ ਭਾਅ ਜੀ ਉਹ ਓਥੈਂਟਿਕ ਨੇ ਕੋਈ ਹਾਫ ਨੌਲੇਜ ਨਹੀਂ ਹੈਗੀ ਠੀਕ ਹੈ ਕੋਰ ਚੀਜ਼ਾਂ ਨੇ ਰਿਸਰਚ ਕਰਦੇ ਨੇ ਉਸ ਤੋਂ ਬਾਅਦ ਹੀ ਤੁਹਾਡੇ ਤੱਕ ਆਉਂਦੀਆਂ ਨੇ ਰਾਈਟ ਤਾਂ ਫਿਰ ਵੀ ਜੇ ਕਿਸੇ ਨੂੰ ਡਾਊਟ ਆ ਜੇ ਕਿਸੇ ਨੂੰ ਕਿਸੇ ਤੋਂ ਕੋਈ ਗੱਲ ਪਤਾ ਲੱਗਦੀ ਆ ਤਾਂ ਕਿਸੇ ਹੋਰ ਦੀ ਰਾਏ ਲੈ ਕੇ ਰੁਕਣ ਨਾਲੋਂ ਤੁਸੀਂ ਸਿੱਧਾ ਡਾਇਰੈਕਟ ਕਾਲ ਕਰ ਸਕਦੇ ਹੋ ਬਾਕੀ ਨਹੀਂ ਤਾਂ ਮੇਲ ਆਪਸ਼ਨਸ ਹੁੰਦੀਆਂ ਨੇ ਮੈਂ ਮੇਲ ਵੀ ਤੁਹਾਨੂੰ ਥੱਲੇ ਦੇ ਦਿੰਦਾ ਹੈਗਾ ਆ ਕਿਸੇ ਨੇ ਆਪਣੀ ਪ੍ਰੋਫਾਈਲ ਦਿਖਾਉਣੀ ਹੈ ਜਾਂ ਚਾਹਵਾਨ ਹੈਗਾ ਹੀ ਆ ਵੀ ਭਾਈ ਆਉਣਾ ਆ ਕੈਨੇਡਾ ਹੈ ਨਾ ਵੀ ਮੈਂ ਆਪਣੀ ਫਾਈਲ ਲਾ ਸਕਦਾ ਹੈਗਾ ਵੀ ਤੁਸੀਂ ਹੈਲਪ ਕਰਦੇ ਹੋ ਅਤੇ ਸਾਡਾ ਵੀ ਇੱਥੇ ਆਫਿਸ ਵਗੈਰਾ ਹੈਗਾ ਅਸੀਂ ਵੀ ਟਾਈ ਅਪ ਹੈਗਾ ਸਾਡਾ ਵੀ ਕਈਆਂ ਨਾ ਅਤੇ ਇੱਧਰੋਂ ਅਸੀਂ ਸਾਰੀ ਏ ਟੂ ਜ਼ੈਡ ਫਾਈਲਿੰਗ ਵਗੈਰਾ ਕਰੀ ਦੀ ਹੈ ਹਾਂ ਬਾਕੀ ਤੁਹਾਡਾ ਭਾਅ ਜੀ ਬਜਟ 'ਤੇ ਡਿਪੈਂਡ ਕਰਦਾ ਤੁਹਾਡਾ ਕਿੰਨਾ ਬਜਟ ਹੈ ਨਾ ਹਰ ਚੀਜ਼ ਪੋਸੀਬਲ ਹੈਗੀ ਹੈ ਕੈਨੇਡਾ 'ਚ ਅੱਜ ਦੀ ਤਰੀਕ 'ਚ ਬਾਕੀ ਉਸ ਤੋਂ ਅੱਗੇ ਦੱਸੋ ਫਾਈਲ ਦਾ ਫਾਈਲ ਜਦੋਂ ਮੈਂ ਜੁਲਾਈ ਦੇ ਵਿੱਚ ਮੇਰਾ ਹੈ ਨਾ ਨੋਟੀਫਿਕੇਸ਼ਨ ਆਫ ਇੰਟਰਸਟ ਆਇਆ ਤਾਂ ਉਹਨਾਂ ਨੇ ਐਗਜੈਕਟਲੀ 3 ਮੰਥਸ ਲਏ ਮੇਰੇ ਮਤਲਬ ਹਫ਼ਤਾ ਘੱਟ ਹੀ ਲਿਆ 3 ਮਹੀਨੇ ਤੋਂ 28 ਜੁਲਾਈ ਨੂੰ ਮੈਂ ਲਗਾਇਆ ਅਤੇ ਮੇਰਾ 20 ਅਕਤੂਬਰ ਨੂੰ ਮੇਰੇ ਪੁਆਇੰਟਸ ਐਡ ਹੋ ਗਏ ਕਿਉਂਕਿ ਜਦੋਂ ਤੁਹਾਡੀ ਨੋਮੀਨੇਸ਼ਨ ਪਰੂਫ ਹੋ ਜਾਂਦੀ ਹੈ ਵੀ ਜੋ ਤੁਸੀਂ ਮੈਂਸ਼ਨ ਕੀਤਾ ਸੀ ਉਹ ਓਕੇ ਹੈਗਾ ਠੀਕ ਹੈ ਨੋਟੀਫਿਕੇਸ਼ਨ ਕਲੀਅਰ ਹੋ ਜਾਂਦੀ ਹੈ ਤੁਹਾਡੀ ਹੈ ਨਾ ਤਾਂ 600 ਪੁਆਇੰਟਸ ਮਿਲਦੇ ਆ ਤੁਹਾਨੂੰ ਨੋਮੀਨੇਸ਼ਨ ਤਾਂ ਮੇਰੇ ਪਹਿਲਾਂ ਸੀਗੇ 462 ਰਾਈਟ 600 ਪੁਆਇੰਟ ਐਡ ਹੋਣ ਕਰਕੇ 1062 ਪੁਆਇੰਟ ਹੋ ਗਏ ਠੀਕ ਹੈ ਦੈਟ ਮੀਨਸ ਇਟਸ ਅ ਗਰੰਟੀ ਦੈਟ ਕਿ ਵਟ ਐਵਰ ਨੈਕਸਟ ਡਰਾਅ ਵਿਲ ਕਮ ਪੰਜਾਬੀ ਚ ਆ ਜਾਂਦੇ ਸੋਰੀ ਫਾਈਲ ਠੀਕ ਹੈ ਕੈਨੇਡਾ ਚ ਆਦਰ ਪੈ ਜਾਂਦੀ ਹੈ ਗੱਲ ਕਰਕੇ ਮਤਲਬ ਤੁਹਾਡਾ ਨੈਕਸਟ ਡਰਾਅ ਆ ਹੀ ਜਾਣਾ ਰਾਈਟ 500 ਤੋਂ ਉੱਤੇ ਤਾਂ ਸਾਰੇ ਪਿੱਕ ਹੁੰਦੇ ਆ ਨਾ ਹਰ ਡਰਾਅ 'ਚ ਤਾਂ ਮੇਰਾ ਡਰਾਅ ਜਿਸ ਦਿਨ ਮੇਰੇ ਪੁਆਇੰਟਸ ਆਏ ਉਸ ਤੋਂ ਨੈਕਸਟ ਵੀਕ 20 ਨੂੰ ਮੇਰੇ ਪੁਆਇੰਟਸ ਆਏ 27 ਨੂੰ ਜਿਹੜਾ ਡਰਾਅ ਆ ਉਹਦੇ 'ਚ ਮੇਰੀ ਫਾਈਲ ਪਿੱਕ ਹੋ ਗਈ ਰਾਈਟ ਉਸ ਤੋਂ ਬਾਅਦ ਇਸ ਤੋਂ ਕੀ ਚੀਜ਼ਾਂ ਇੱਕ ਧਿਆਨ ਰੱਖਣੀਆਂ ਹੁੰਦੀਆਂ ਨੇ ਰੈਡੀ ਰਹਿਣਾ ਹੈਗਾ ਆਪਣੇ ਲਈ ਕਿਉਂਕਿ ਡਰਾਅ ਆਉਣਾ ਹੀ ਆਉਣਾ ਤੁਹਾਡਾ ਨੈਕਸਟ ਵੀਕ 'ਚ PCC ਪੁਲਿਸ ਕਲੀਅਰੈਂਸ ਸੈਕਿੰਡ ਮੈਡੀਕਲ ਰਾਈਟ ਇਹ ਦੋਨੋਂ ਟਾਈਮ ਕੰਜ਼ਿਊਮਿੰਗ ਹੁੰਦੇ ਆ ਜਦੋਂ ਤੁਹਾਡਾ ਡਰਾਅ ਨਿਕਲਿਆ ਇਹਨਾਂ ਨੇ 2 ਮਹੀਨੇ ਦਾ ਟਾਈਮ ਦੇਣਾ ਤੁਹਾਨੂੰ ਅਪਰੋਕਸੀ 60 ਡੇਜ਼ ਰਾਈਟ ਤਾਂ 60 ਡੇਜ਼ ਦੇ ਵਿੱਚ ਵਿੱਚ PCC ਇਮੀਡੀਏਟਲੀ ਨਹੀਂ ਹੁੰਦੀ ਉਹਦੀ ਕੋਈ ਤਤਕਾਲ ਨਹੀਂ ਹੁੰਦਾ ਇੰਡੀਆ 'ਚ ਹੈ ਨਾ ਉਹ ਤੁਹਾਨੂੰ ਟਾਈਮ ਲੱਗਦਾ ਵਾ 1.5 ਮਹੀਨਾ ਲੱਗ ਜਾਂਦਾ ਆਰਾਮ ਨਾਲ ਮਹੀਨਾ 1.5 ਮਹੀਨਾ ਕਿਉਂਕਿ ਪੁਲਿਸ ਵੈਰੀਫਿਕੇਸ਼ਨ ਲਈ ਪਹਿਲਾਂ ਅਪੁਆਇੰਟਮੈਂਟ ਲੈਣੀ ਪਊਗੀ ਉੱਥੇ ਹੈ ਨਾ ਹੋਰ ਲੋਕਲ ਪੁਲਿਸ ਦੀ ਨਾ ਕਰਾਇਓ ਮੇਰੀ ਸੁਜੈਸ਼ਨ ਆ ਸਿਰਫ ਪਾਸਪੋਰਟ ਵਾਲੀ ਕਰਵਾਓ ਠੀਕ ਹੈ ਅੱਗੇ ਚੱਲ ਜਾਂਦੀਆਂ ਸੀ ਬਟ ਦੂਸਰੀ ਹੀ ਕਰਾਓ ਮੈਨੂੰ ਲੱਗਦਾ ਲੋਕਲ ਬੰਦ ਵੀ ਹੋ ਗਿਆ ਸੁਵਿਧਾ ਕੇਂਦਰ ਤੋਂ ਹੁੰਦੀਆਂ ਸੀ ਇੰਡੀਆ ਤੋਂ ਉਹ ਬੰਦ ਹੋ ਗਈਆਂ ਨੇ ਜੇ ਹੁੰਦੀਆਂ ਵੀ ਹੋਈਆਂ ਨੇ ਮੇਰੇ ਹਿਸਾਬ ਨਾਲ ਕੱਲ੍ਹ ਨੂੰ ਪ੍ਰੋਬਲਮ ਆ ਸਕਦੀ ਹੈ ਰਾਈਟ ਜੇ ਤੁਹਾਡੀ PCC ਲੇਟ ਵੀ ਹੋ ਜਾਂਦੀ ਹੈ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਬਿਨਾਂ PCC ਤੋਂ ਆਪਣੀ ਫਾਈਲ ਸਬਮਿਟ ਕਰ ਸਕਦੇ ਹੋ ਨਾਲ ਆਪਣੀ ਜਸਟੀਫਿਕੇਸ਼ਨ ਦੇ ਕੇ ਕਿ ਡਿਊ ਟੂ ਇੱਥੇ ਰਸ਼ ਵੀ ਮੈਨੂੰ ਟਾਈਮ ਲੱਗ ਰਿਹਾ ਵਾ ਬਾਅਦ 'ਚ ਤੁਹਾਨੂੰ ਅਪਡੇਟ ਕਰ ਦੂੰਗਾ ਕਿਉਂਕਿ ਇਮੀਡੀਏਟਲੀ ਤਾਂ ਇਹਨਾਂ ਨੇ ਵੀ ਡਿਸੀਜਨ ਨਹੀਂ ਦੇਣਾ ਹੈ ਨਾ ਇੰਨੀਆਂ ਫਾਈਲਸ ਲੱਗਦੀਆਂ ਇੰਨਾ ਬੈਕਲੋਗ ਆ ਜਿਸ ਦਿਨ ਤੁਸੀਂ ਸਬਮਿਟ ਕਰਤੀ ਉਸ ਤੋਂ ਬਾਅਦ ਵੀ ਆਪਣੇ ਕੋਲ ਟਾਈਮ ਹੁੰਦਾ
ਠੀਕ ਹੈ, ਤੁਹਾਡੀ ਫਾਈਲ ਕੈਂਸਲ ਨਹੀਂ ਹੁੰਦੀ। ਅਦਰਵਾਈਜ਼ ਜਿਵੇਂ ਮੈਡੀਕਲ ਹੋ ਗਿਆ, ਇਹਦੇ 'ਚ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਹੁਣ ਸਾਰਿਆਂ ਨੂੰ ਮੈਡੀਕਲ ਡੇਟਸ ਮਿਲ ਰਹੀਆਂ ਨੇ। ਕੋਈ ਹੋਰ ਕੋਈ ਚੀਜ਼ 1% ਤੁਹਾਡੀ ਪੈਂਡਿੰਗ ਰਹਿ ਗਈ, ਉਹਨਾਂ ਨੇ ਉਸ 'ਤੇ ਤੁਹਾਨੂੰ ਕੋਈ ਮੇਲ ਨਹੀਂ ਕਰਨੀ, ਉਹਨਾਂ ਨੇ ਤੁਹਾਡੀ ਫਾਈਲ ਰਿਟਰਨ ਕਰ ਦੇਣੀ ਇਨਕੰਪਲੀਟ ਕਹਿ ਕੇ, ਰਾਈਟ? ਤਾਂ ਰਿਸਕ ਨਹੀਂ ਲੈਣਾ ਹੈਗਾ, ਸਰ ਨੂੰ ਕੋਂਟੈਕਟ ਕਰੋ ਜਿਹਦੀ ਫਾਈਲ ਪਿੱਕ ਹੋ ਗਈ ਆ, ਠੀਕ ਹੈ? ਸਾਰਾ ਕੁਛ 3 ਪੁਆਇੰਟ ਹੋਣਾ ਚਾਹੀਦਾ ਭਾਅ ਜੀ, ਰਾਈਟ? ਤਾਂ ਕਿ ਇਹ ਦੁਬਾਰਾ ਦੁਬਾਰਾ ਡਰੋਜ਼ ਨਹੀਂ ਆਉਂਦੇ, ਕਿਉਂਕਿ ਜਿਹੜੀ ਨੋਮੀਨੇਸ਼ਨ ਹੁੰਦੀ ਹੈ ਉਹਦਾ 6 ਮੰਥ ਦੀ ਵੈਲਿਡਿਟੀ ਹੁੰਦੀ ਹੈ। ਜੇ 6 ਮਹੀਨੇ ਦੇ ਵਿੱਚ ਤੁਸੀਂ ਡਰੋਅ ਦੇ ਵਿੱਚ ਤੁਸੀਂ ਨਹੀਂ ਲਾਈ ਫਾਈਲ ਜਾਂ ਨਹੀਂ ਆਇਆ ਡਰੋਅ, ਤਾਂ ਉਹ ਐਕਸਪਾਇਰ ਹੋ ਜਾਂਦੀ ਹੈ, ਠੀਕ ਹੈ? ਤਾਂ ਮੇਰੇ ਕੋਲ ਇੱਦਾਂ ਦੇ ਵੀ ਨੋਨ ਮੇਰੇ ਹੈਗੇ ਆ ਜਿਨ੍ਹਾਂ ਦੇ ਐਕਸਪਾਇਰ ਹੋ ਗਈ ਸੀਗੀਆਂ, ਹੈ ਨਾ, PR ਵੀ ਐਕਸਪਾਇਰ ਹੋਈਆਂ ਕਈਆਂ ਦੀਆਂ, ਰਾਈਟ? ਤਾਂ ਉਹ 2-2 ਸਾਲ ਤੋਂ 2-2.5 ਸਾਲ ਤੋਂ ਸਟਰੱਕ ਨੇ, ਰੀਨਿਊ ਨਹੀਂ ਹੋ ਪਾ ਰਹੀਆਂ। ਐਲੀਜੀਬਲ ਹੈਗੇ ਨੇ, ਬਟ ਕੀ ਹੈ ਜਿਹੜੀ ਚੀਜ਼ ਡਿਫਰੈਂਟ ਹੋ ਜਾਂਦੀ ਹੈ ਲਾਈਨ ਤੋਂ ਹਟ ਕੇ ਨਾ, ਉਹਨੂੰ ਫਿਰ ਲੇਟ ਕਰ ਦਿੰਦੇ ਆ, ਠੀਕ ਹੈ? ਕਿਉਂਕਿ ਆਲਰੇਡੀ ਬਹੁਤ ਫਾਈਲਾਂ ਇਹਨਾਂ ਦੇ ਇਨਲਾਈਨ ਨੇ, ਤਾਂ ਰਿਸਕ ਨਾ ਲਓ ਅੱਜ ਦੇ ਟਾਈਮ 'ਚ, ਤਾਂ ਨਾ ਲਓ ਰਿਸਕ, ਠੀਕ ਹੈ? ਭਾਅ ਜੀ ਦੀ ਗਾਈਡੈਂਸ, ਵੈਸੇ ਮੈਂ ਜਿੰਨਿਆਂ ਨੇ ਦੇਖਿਆ ਸਾਰਿਆਂ ਨੂੰ ਫ੍ਰੀ ਆਫ ਕੋਸਟ ਗਾਈਡੈਂਸ ਦਿੰਦੇ ਨੇ, ਠੀਕ ਹੈ? ਨਹੀਂ ਤਾਂ ਤੁਸੀਂ ਕੈਨੇਡਾ 'ਚ ਤੁਸੀਂ ਕਿਸੇ ਦੀ ਵੀ ਐਡਵਾਈਸ ਲੈਣੀ ਆ, ਮਿਨੀਮਮ $50 ਕੋਟ ਕਰਦੇ ਨੇ ਸਿਰਫ ਤੁਹਾਨੂੰ 1/2 ਘੰਟੇ ਦੀ ਕੋਚਿੰਗ, ਤੁਹਾਨੂੰ ਜੋ ਵੀ ਉਹਨਾਂ ਨੇ ਜੋ ਤੁਹਾਡੀ ਲਿਮਿਟਿਡ ਟਾਕਸ ਨੇ ਉਹੀ ਗੱਲ ਕਰਨੀ ਆ। ਅਦਰਵਾਈਜ਼ ਜਿਉਂ ਜਿਉਂ ਤੁਸੀਂ ਵਧੀਆ ਹੋਰ ਮਤਲਬ ਕਿ ਰਿਪਿਊਟਿਡ ਕੰਸਲਟੈਂਟਸ ਕੋਲ ਜਾਂਦੇ ਹੋ, $120-125 ਸਿਰਫ ਗੱਲ ਕਰਨ ਦਾ ਲੈਂਦੇ ਆ। ਬਾਕੀ ਇਸ ਤੋਂ ਇਲਾਵਾ ਤੁਹਾਡੀ ਫਾਈਲ ਦੇ ਵਿੱਚ ਕੁਝ ਹੋਰ ਜਿਹੜਾ ਦੱਸਣ ਵਾਲਾ ਇੰਪੋਰਟੈਂਟ? ਦੱਸਣ ਵਾਲਾ ਇਹੀ ਹੈ ਕਿ ਹਰ ਬੰਦਾ ਕੈਨੇਡਾ ਆ ਸਕਦਾ ਜਿਹੜਾ ਕਿ ਗੁੱਡ ਕਮਿਊਨੀਕੇਟਰ ਹੈਗਾ, ਇੰਗਲਿਸ਼ ਜਿਨ੍ਹਾਂ ਦੀ ਅੱਛੀ ਹੈਗੀ ਹੈ, ਜਿਵੇਂ ਜਿਹੜਾ ਬੈਂਡਸ ਲੈ ਸਕਦਾ, ਬੈਂਡਸ ਲੈ ਸਕਦਾ, ਜਿਹਦੇ ਬੈਂਡਸ ਥੋੜ੍ਹੇ ਬਹੁਤੇ ਘੱਟ ਰਹਿ ਜਾਂਦੇ, ਹੈ ਨਾ, ਕਿਸੇ ਦੇ ਰਾਈਟਿੰਗ 'ਚੋਂ 6.5 ਰਹਿ ਗਏ, ਹੈ ਨਾ, ਇੱਦਾਂ ਦੀ ਕੋਈ ਹੈਲਪ ਚਾਹੀਦੀ ਹੈ ਕਿ ਸਕੋਰ ਨੂੰ ਆਪਾਂ ਇਨਕਰੀਜ਼ ਕਰਨਾ, ਹੈ ਨਾ, ਤੁਸੀਂ ਮੈਂ ਕਿਸੇ ਤਰ੍ਹਾਂ ਵੀ ਮੇਰੇ ਤੋਂ ਕੋਈ ਹੈਲਪ ਚਾਹੀਦੀ ਹੈ, ਮੈਂ ਕਰ ਸਕਦਾ, ਆਈ ਵਿਲ ਨੋਟ ਕੋਟ ਐਨੀ ਪ੍ਰਾਈਸ, ਠੀਕ ਹੈ, ਜੋ ਜਸ ਭਾਜੀ ਦੇ ਰੈਫਰੈਂਸ ਤੋਂ ਹੋਊਗਾ, ਰਾਈਟ? ਅਦਰਵਾਈਜ਼ ਹੇਅਰ ਐਵਰੀਥਿੰਗ ਇਜ਼ ਪੇਡ ਇਨ ਕੈਨੇਡਾ, ਬਿਕੋਜ਼ ਆਰਲੀ ਬੇਸਿਸ 'ਤੇ ਕੰਮ ਹੁੰਦਾ ਇੱਥੇ। ਇਫ ਆਈ ਐਮ ਗਿਵਿੰਗ 1 hour ਟੂ ਯੂ, ਤਾਂ ਮੈਂ ਕਿਤੋਂ ਹੋਰ ਛੱਡ ਕੇ ਤੁਹਾਨੂੰ ਦੇ ਰਿਹਾ ਵਾਂ, ਮਤਲਬ ਤਾਂ ਮੈਂ ਆਪਣੇ ਪੈਸੇ ਛੱਡ ਕੇ ਤੁਹਾਨੂੰ, ਹਾਂ, ਤੁਹਾਨੂੰ ਦੇ ਰਿਹਾ, ਤਾਂ ਉਹ ਮੈਂ 1-2 ਵਾਰੀ ਕਰ ਸਕਦਾ, ਹੈ ਨਾ। ਬਟ ਜਿਵੇਂ ਹੁਣ ਇਹ ਭਾਅ ਜੀ, ਮੈਨੂੰ ਬਹੁਤ ਕੁਛ ਇਹਨਾਂ ਤੋਂ ਸਿੱਖਣ ਨੂੰ ਮਿਲਦਾ, ਹੈ ਨਾ, ਇਹਨਾਂ ਦੀ ਵੀਡੀਓਜ਼ ਤੋਂ ਵੀ ਬਹੁਤ ਮੋਟੀਵੇਸ਼ਨ ਮਿਲਦੀ ਆ, ਰਾਈਟ? ਤਾਂ ਮੇਰੇ ਕਹਿਣ ਦਾ ਮਤਲਬ ਕਿ ਜੋ ਭਾਅ ਜੀ ਰੈਫਰ ਕਰਨਗੇ, ਮੈਨੂੰ ਪਤਾ ਕਿ ਉਹ ਨੀਡੀ ਹੋਊਗਾ ਬੰਦਾ, ਹੈ ਨਾ, ਤਾਂ ਮੈਂ ਵੈਰੀ ਮੱਚ ਰੈਡੀ ਹਾਂ, ਠੀਕ ਹੈ? ਮੈਂ ਤੁਹਾਡੀ ਪੂਰੇ ਡਾਊਟਸ ਕਲੀਅਰ ਕਰੂੰਗਾ। ਹਲੇ ਭਾਅ ਜੀ ਨੂੰ ਵੀ ਐਵੇਂ 2 ਮਹੀਨੇ ਹੋਏ, ਤਾਂ ਕਰਕੇ ਹਲੇ ਮਤਲਬ ਵਿਹਲੇ ਸੰਤੁਸ਼ਟ ਬੈਠੇ, ਹਲੇ ਸ਼ਾਂਤੀ ਨਾਲ, ਜਦ ਅੱਗੇ ਅੱਗੇ ਟਾਈਮ ਲੰਘੇ ਨਾ, ਭਾਅ ਜੀ ਨੇ ਵੀ ਕਹਿਣਾ ਵੀ ਮੇਰੇ ਹੱਥ ਖੜੇ ਆ, ਹੁਣ ਨਹੀਂ ਮੇਰੇ ਤੋਂ ਹੈਲਪ ਹੁੰਦੀ। ਨਹੀਂ ਮਤਲਬ ਹੈਲਪ ਕਰਨ ਲਈ ਆਪਾਂ ਆਲਵੇਜ਼ ਰੈਡੀ ਹਾਂ, 1-2 ਘੰਟੇ ਜੇ ਆਪਾਂ, ਠੀਕ ਹੈ, ਲੋਕੀ ਦਸਵੰਧ ਕੱਢਦੇ ਨੇ, ਆਪਾਂ ਦਸਵੰਧ ਤਾਂ ਨਹੀਂ ਕੱਢਦੇ ਹੈਗੇ ਹਲੇ, ਇੰਨੇ ਕੈਪੇਬਲ ਨਹੀਂ, ਬਟ ਆਪਾਂ ਇੰਨਾ ਕੁ ਤਾਂ ਕਰ ਸਕਦੇ, ਹੈ ਨਾ। ਗੁਰੂ ਨਾਨਕ ਜੀ ਕਹਿੰਦੇ ਆ ਕਿ ਜਿੰਨਾ ਆਪਾਂ ਵੰਡਦੇ ਹਾਂ ਨਾ, ਉਨਾ ਹੀ ਵੱਧਦਾ ਹੈਗਾ। ਹਾਂ ਬਿਲਕੁਲ। ਬਾਕੀ ਇਸ ਤੋਂ ਇਲਾਵਾ ਕਿਸੇ ਨੂੰ ਵੀ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਕੈਨੇਡਾ ਦੇ ਰਿਲੇਟਡ, ਵੀ ਇੱਥੇ ਆਉਣਾ ਅਸੀਂ, ਉਹ ਮੈਸੇਜ ਕਰ ਸਕਦਾ ਆ, ਮੋਸਟ ਵੈਲਕਮ ਹੈ। ਜੇ ਕਿਸੇ ਦੀ ਪ੍ਰੋਫਾਈਲ ਬਿਜ਼ਨਸਮੈਨ ਹੈਗਾ ਜਾਂ ਕੋਈ ਹੋਰ ਵਧੀਆ ਖੇਤੀਬਾੜੀ ਵਾਲਾ ਬੰਦਾ ਆ ਜਾਂ ਜੋਬ ਵਾਲਾ ਬੰਦਾ ਹੈਗਾ ਆ, ਵਧੀਆ ਪੋਜੀਸ਼ਨ 'ਤੇ ਆ ਜਾਂ ਮਾੜੀ ਪੋਜੀਸ਼ਨ 'ਤੇ ਆ, ਆਪਣੇ ਰੈਜ਼ਮੇ ਭੇਜੋ, ਤੁਸੀਂ ਆਪਣੀ ਡਿਟੇਲ ਮੈਨੂੰ ਡਿਸਕ੍ਰਿਪਸ਼ਨ 'ਚ ਭੇਜੋ, ਫਿਰ ਆਪਾਂ ਦੇਖਾਂਗੇ ਵੀ ਕੀ ਉਹਦਾ ਹੱਲ ਹੋ ਸਕਦਾ ਕੈਨੇਡਾ ਆਉਣ ਦੇ। 1 ਨਹੀਂ ਤਰੀਕਾ, 2 ਨਹੀਂ ਤਰੀਕੇ, ਬਥੇਰੇ ਤਰੀਕੇ ਨੇ। ਹਾਂਜੀ, ਅਪਰੋਕਸੀਮੇਟਲੀ 40-50 ਤਰੀਕੇ ਹੈਗੇ ਜੇ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ। ਬਾਕੀ ਜਿਹੜੇ ਇੰਡੀਆ ਵਾਲੇ ਕੰਸਲਟੈਂਟ ਹੁੰਦੇ ਉਹ, ਉਹਨਾਂ ਨੂੰ ਵੀ ਨੌਲੇਜ ਹੁੰਦੀ ਆ, ਪਰ ਉਹ ਇੰਡੀਆ ਦੇ ਹਿਸਾਬ ਨਾਲ ਚੱਲਦੇ। ਜੇ ਹੁਣ ਬੰਦਾ ਕੈਨੇਡਾ ਦੇ ਵਿੱਚ ਹੈਗਾ ਆ, ਇੱਥੇ ਦੀਆਂ ਫਾਈਲਿੰਗ ਟੀਮਾਂ ਹੈਗੀਆਂ, ਇੱਥੇ ਦੇ ਕੰਸਲਟੈਂਟ ਹੈਗੇ, ਉਹਨਾਂ ਨੇ ਕੈਨੇਡਾ ਦੇ ਰੂਲਸ ਦੇ ਹਿਸਾਬ ਨਾਲ ਦੇਖਣਾ, ਜਾਂ ਇੱਦਾਂ ਇੱਧਰਲੇ ਜਿੱਦਾਂ ਬੰਦੇ ਸੋਚ ਰੱਖਦੇ ਆ ਉਹਦੇ ਹਿਸਾਬ ਨਾਲ ਦੇਖਣਾ ਹੈਗਾ ਆ ਵੀ ਕਿੱਦਾਂ ਫਾਈਲ ਉਹਨੂੰ ਹੋਰ ਵਧੀਆ ਇੰਪਰੂਵ ਕਰ ਸਕਦੇ ਆ। ਬਾਕੀ ਹੋਰ ਕਿਸੇ ਕੋਈ ਵੱਡੀ ਗੱਲ ਨਹੀਂ ਹੈਗੀ। ਤੁਹਾਡਾ ਜਿਹੜਾ ਵੀ ਕੁਐਸਚਨ ਹੋਇਆ, ਲੈਟ ਮੀ ਨੋ ਐਂਡ ਵਿਲ ਫਿਗਰ ਇਟ ਆਊਟ ਵੀ ਕੀ ਹੁੰਦਾ ਅੱਗੇ, ਹੈ ਨਾ। ਅਤੇ ਬਾਕੀ ਮੇਰਾ ਖਿਆਲ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਤੇ ਉਹਦਾ PR ਦੇ ਭਾਅ ਜੀ ਸਿਰਫ $1,325 ਫੀਸ ਹੁੰਦੀ ਆ। ਕੋਈ ਵੀ ਏਜੰਟ ਤੁਹਾਨੂੰ ਵੱਧ ਕੋਟ ਕਰਦਾ ਵਾ, ਤੁਸੀਂ ਕੁਐਸਚਨ ਕਰ ਸਕਦੇ ਹੋ, ਰਾਈਟ? ਜੇ ਉਹ ਚਾਰਜ ਕਰਦੇ ਆ ਆਪਣੀ ਫੀਸ, ਉਹਨਾਂ ਨੂੰ ਟ੍ਰਾਂਸਪੇਰੈਂਟਲੀ ਕਰਦੇ ਆ, ਤਾਂ ਵੈਲ ਐਂਡ ਗੁੱਡ ਆ। ਸਿਰਫ $1,325 PR ਦੀ ਐਕਸਪ੍ਰੈਸ ਐਂਟਰੀ ਦੀ ਫੀਸ ਆ ਜੇ ਤੁਹਾਡੀ ਫਾਈਲ ਪਿੱਕ ਹੋ ਜਾਂਦੀ ਆ। ਬਾਇਓਮੈਟ੍ਰਿਕ $85 ਅਲੱਗ ਤੋਂ ਨੇ, ਜੇ ਆਲਰੇਡੀ ਹੋਇਆ ਹੋਇਆ ਬਾਇਓਮੈਟ੍ਰਿਕ ਉਹ ਨਹੀਂ ਲੱਗਣਗੇ, ਠੀਕ ਹੈ। $1,500 ਲੱਗੇ ਮੇਰੇ ਐਕਸਪ੍ਰੈਸ ਉੱਧਰ ਨੋਟੀਫਿਕੇਸ਼ਨ ਆਫ ਇੰਟਰਸਟ ਨੂੰ, ਤਾਂ ਟੋਟਲ $2,910 ਲੱਗੇ ਨੇ। ਮੈਂ ਇੱਧਰ ਵੀ ਲਿਖਿਆ ਹੋਇਆ ਸੀਗਾ, ਸਾਰਾ ਤੁਹਾਨੂੰ ਦਿਖਾ ਵੀ ਦਿੰਦਾ ਆ ਵੀ ਮਤਲਬ ਸਿਰਫ 3 ਚੀਜ਼ਾਂ ਹੀ ਆ ਜਿਹੜੀਆਂ ਹੈਗੀਆਂ ਆ ਮੇਨ, ਜਿੱਧਰ ਪੈਸੇ ਦੇਣੇ ਆ। ਬਾਕੀ ਇਹ ਤੁਹਾਡੇ ਉੱਤੇ ਹੈਗਾ ਆ, ਇਹ 3 ਚੀਜ਼ਾਂ ਤੋਂ ਇਲਾਵਾ ਪੈਸੇ ਹੋਰ ਦੇ ਕੇ ਕਿਸੇ ਏਜੰਟ ਤੋਂ ਕਰਵਾਉਣਾ ਆ,
ਜਾਂ ਜੇ ਇੰਨੀ ਨੋਲੇਜ ਹੈਗੀ ਆ ਕਿ ਆਪ ਕਰ ਸਕਦੇ ਆ ਤਾਂ ਵੈਲ ਐਂਡ ਗੁੱਡ, ਜੇ ਕਿਸੇ ਹੋਰ ਨੂੰ ਹੀ ਕਰਾਉਣਾ ਆ ਪੈਸੇ ਦੇ ਕੇ ਤਾਂ ਤੁਸੀਂ ਮੈਨੂੰ ਦੇ ਸਕਦੇ ਆ। ਨਹੀਂ ਜੇ ਸਿੱਧਾ ਤੁਸੀਂ ਐਕਸਪ੍ਰੈਸ ਚਾਹੁੰਦੇ ਹੋ ਤਾਂ $1500 ਮਾਈਨਸ ਹੋ ਜਾਂਦੇ ਆ, ਬਾਕੀ ਕਈ ਪ੍ਰੋਵਿੰਸਿਸ ਤੋਂ ਸਸਤੀਆਂ ਵੀ ਨੇ, $350 ਲੈਂਦੀਆਂ, ਕਈ ਕਈ 400 ਲੈਂਦੀਆਂ, ਉਹ ਠੀਕ ਹੈ। 1500 ਮੇਰੇ ਖਿਆਲ ਨਾਲ ਮੈਕਸੀਮਮ, 1800 ਉਸ ਤੋਂ ਉੱਤੇ ਕੋਈ ਵੀ ਪ੍ਰੋਵਿੰਸ ਨਹੀਂ ਲੈਂਦੀ ਫੀਸ। ਬਾਕੀ ਇਸ ਤੋਂ ਇਲਾਵਾ ਇੱਥੇ ਕੈਨੇਡਾ ਦੇ ਵਿੱਚ ਜਿਹੜਾ ਵਧੀਆ ਏਜੰਟ ਹੋਊਗਾ ਉਹਦੀ ਮੈਂ ਵੀਡੀਓ ਜਲਦੀ ਪਾਊਂਗਾ, ਉਹਦਾ ਵੀ ਲਿੰਕ ਡਿਸਕ੍ਰਿਪਸ਼ਨ 'ਚ ਦੇ ਦੂੰਗਾ। ਅਤੇ ਜੇ ਤੁਸੀਂ ਫਾਈਲਾਂ ਵਗੈਰਾ ਕਿਤੋਂ ਵੀ ਲਾਉਣੀਆਂ ਹੈਗੀਆਂ ਆ, ਇੰਡੀਆ ਤੋਂ ਤੁਹਾਨੂੰ ਨਹੀਂ ਕੋਈ ਵੀ ਭਰੋਸੇ ਵਾਲਾ ਬੰਦਾ ਮਿਲਦਾ ਇਨਵੈਸਟਮੈਂਟ ਲਈ, ਬਿਜ਼ਨਸ ਲਈ, ਕੰਮ ਲਈ, PR ਲਈ, ਵਰਕ ਲਈ, ਹੈ ਨਾ, LMIA ਲਈ, ਕੁਛ ਚੀਜ਼ ਲਈ ਵੀ, ਤੁਸੀਂ ਉਹਨਾਂ ਨੂੰ ਵੀ ਕੰਟੈਕਟ ਕਰ ਸਕਦੇ ਆ, ਮੈਨੂੰ ਵੀ ਕਮੈਂਟ ਦੇ ਵਿੱਚ ਦੱਸ ਸਕਦੇ ਆ, ਗਰੁੱਪ 'ਚ ਵੀ ਐਡ ਹੋ ਸਕਦੇ ਆ। ਅਤੇ ਬਸ ਇਸ ਤੋਂ ਵੱਡੀ ਹੋਰ ਕੋਈ ਹੈਲਪ ਨਹੀਂ ਕਰ ਸਕਦੇ। ਅਤੇ ਜੇ ਤੁਹਾਨੂੰ ਤੁਸੀਂ ਹੈਲਪ ਕਰਨੀ ਹੈ ਤਾਂ ਬਸ ਸਬਸਕ੍ਰਾਈਬ ਵਾਲਾ ਜਿਹੜਾ ਬਟਨ ਹੈਗਾ ਉਹ ਦਬਾ ਦਿਓ। ਨਹੀਂ ਬਿਲਕੁਲ, ਸਾਰੇ ਜਣੇ ਸਬਸਕ੍ਰਾਈਬ ਕਰੋ ਭਾਅ ਜੀ, ਇੱਦਾਂ ਬਹੁਤ ਵਧੀਆ ਵਧੀਆ ਵੀਡੀਓਜ਼ ਪਾਉਂਦੇ ਨੇ। ਮੈਨੂੰ ਲੱਗਦਾ ਨਹੀਂ ਕੋਈ ਕੋਈ ਵੀਡੀਓ ਇੱਦਾਂ ਦੀ ਹੋਊਗੀ ਕਿ ਜਿਹੜੀ ਕਿਸੇ ਨੂੰ ਹੈਲਪ ਨਾ ਕਰਦੀ ਹੋਵੇ। ਕੋਈ ਇੰਡੀਆ ਆ ਕੇ ਉਸ ਚੀਜ਼ ਦੀ ਹੈਲਪ ਲੈਂਦਾ, ਕੋਈ ਇੰਡੀਆ 'ਚ ਬੈਠੇ ਹੈਲਪ ਲੈਂਦੇ ਆ। ਬਿਲਕੁਲ ਠੀਕ ਹੈ। ਬਾਕੀ ਬਸ ਦੈਟਸ ਆਲ, ਹੁਣ ਇਹੀ ਹੈ ਵੀ ਭਾਅ ਜੀ ਦਾ 3000 'ਚ ਵੀਜ਼ਾ ਲੱਗ, 3000 'ਚ ਕੈਨੇਡਾ ਆ ਗਏ ਇੰਡੀਆ ਤੋਂ ਹੋਰ। ਹਾਂਜੀ ਬਿਲਕੁਲ, ਇੰਡੀਆ ਵਾਲੇ ਤਾਂ ਇਹੀ ਚਾਹੁੰਦੇ ਹੁੰਦੇ ਵੀ ਘੱਟ ਤੋਂ ਘੱਟ ਪੈਸੇ ਲਾ ਕੇ ਇੱਥੇ ਆ ਜਾਏ, ਪਰ ਕਈ ਵਾਰ ਪੋਸੀਬਲ ਹੁੰਦਾ, ਕਈ ਵਾਰ ਨਹੀਂ, ਬਾਕੀ ਕਿਸਮਤ 'ਤੇ ਡਿਪੈਂਡ ਕਰਦਾ। ਕਿਸਮਤ ਬਹੁਤ ਵੱਡੀ ਹੈ ਨਾ। ਦੇਖੋ ਭਾਅ ਜੀ, ਮੈਂ ਕਿਸਮਤ ਥੋੜ੍ਹੀ ਵੀਡੀਓ ਨੂੰ ਐਕਸਟੈਂਡ ਕਰੂੰਗਾ। ਮੇਰਾ ਜਿਹੜਾ ਡਰਾਅ ਆਇਆ ਸੀਗਾ ਉਹ ਆਇਆ ਸੀ 28 ਜੁਲਾਈ ਨੂੰ, ਨੋਟੀਫਿਕੇਸ਼ਨ ਆਫ ਇੰਟਰਸਟ ਜਿਹੜਾ ਓਨਟੈਰੀਓ ਤੋਂ, ਰਾਈਟ। ਤਾਂ ਉਹ 59 ਉਹਦੀ ਕੱਟ ਆਫ ਸੀਗੀ, ਮੇਰੇ 62 ਸੀਗੇ, ਰਾਈਟ, 459 ਮੇਰੇ 462 ਸੀਗੇ। ਮੇਰਾ 29th ਨੂੰ ਬਰਥਡੇ ਹੁੰਦਾ ਭਾਅ ਜੀ, ਜੁਲਾਈ ਨੂੰ। ਅੱਛਾ ਠੀਕ ਹੈ। ਅਤੇ ਮੈਂ ਇੱਕ ਦਿਨ ਲੇਟ ਆਉਂਦਾ ਡਰਾਅ, ਤਾਂ ਮੇਰੇ 6 ਪੁਆਇੰਟ ਘੱਟ ਜਾਣੇ ਸੀ, ਮੇਰਾ ਡਰਾਅ ਨਹੀਂ ਆਉਣਾ ਸੀਗਾ। ਠੀਕ ਹੈ, ਉਹ ਗੱਲ ਹੋਰ ਹੈ। 6 ਮਹੀਨੇ ਬਾਅਦ 55 ਦੇ ਵੀ ਡਰਾਅ ਆਇਆ। ਮੇਰੇ ਕਹਿਣ ਦਾ ਮਤਲਬ, ਹਰ ਚੀਜ਼ ਕਿਸਮਤ ਵੀ ਅਟੈਚ ਹੈਗੀ ਹੈ ਨਾਲ, ਬਟ ਐਫਰਟਸ ਜੇ ਆਪਾਂ ਨਹੀਂ ਕਰਾਂਗੇ ਤਾਂ ਆਪਣਾ ਕਿਸਮਤ ਵੀ ਸਾਥ ਨਹੀਂ ਦਿੰਦੀ ਹੈਗੀ। ਬਿਲਕੁਲ ਬਿਲਕੁਲ, ਕਿਸਮਤ ਆਪ ਬਣਾਉਣੀ ਪੈਂਦੀ, ਆਪ ਲਿਖਣੀ ਪੈਂਦੀ ਉਸ ਦੀ। ਜੋ ਤੁਸੀਂ ਸੋਚੋਗੇ ਨਹੀਂ ਉਸ ਚੀਜ਼ ਨੂੰ, ਉਸ ਚੀਜ਼ ਓਨਾ ਚਿਰ ਕਿਸਮਤ ਤੁਹਾਡੇ ਲਈ ਤੁਹਾਡੇ ਸਾਹਮਣੇ ਵੀ ਨਹੀਂ ਆਊਗੀ, ਰਾਈਟ। ਬਾਕੀ ਹੋਰ ਕੁਛ ਨਹੀਂ, ਅਤੇ ਜੇ ਇਹਦਾ ਵੀ ਕਿਸੇ ਦਾ ਕੁਐਸਚਨ ਹੋਇਆ ਤੁਸੀਂ ਦੱਸਣਾ। ਅਤੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ, ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਠੀਕ ਹੈ ਜੀ, ਓਕੇ ਓਕੇ ਜੀ, ਥੈਂਕ ਯੂ।